ਬੂਟੇ ਬੈਦ ਦੀ ਕੁੱਟੀ ਬੂਟੀ ਜਦ ਹਲਕ ਵਿੱਚ ਸੁੱਟੀ ਜਾਂ ਤਾਂ ਮਰੀਜ਼ ਦੀਆਂ ਪਾਉਂ ਬਾਰਾਂ ਜਾਂ ਫਿਰ ਪੱਕੀ ਛੁੱਟੀ। ਨਾਲੇ ਹੁਣ ਬੇਟਾਈਮੀ ਦਵਾਈ ਦਾ ਕੀ ਫਾਇਦਾ? ਇਹ ਤਾਂ ਬੀਬਾ ਜੀ ਤੁਹਾਡੇ ਹੋਣ ਤੋਂ ਪਹਿਲਾਂ ਮੰਮੀ ਪਾਪਾ ਨੂੰ ਭੇਜਣਾ ਸੀ, ਫਿਰ ਦਵਾਈ ਦੇਣੀ ਸੀ ਮੈਂ। ਬਹੁਤ ਬਹੁਤ ਧੰਨਵਾਦ, ਮੇਰੀ ਮੰਮੀ ਨੇ ਸੱਚੀ ਬਹੁਤ ਖੁਸ਼ ਹੋਣਾ। ਥੈਂਕ ਯੂ ਜੀ ਜੀ। ਸਾਨੂੰ ਤਾਂ ਪਰਮਾਤਮਾ ਨੇ ਇੱਥੇ ਇਕੱਲੇ ਮੰਮੀਆਂ ਨੂੰ ਖੁਸ਼ ਕਰਨ ਲਈ ਹੈ। ਮੈਂ ਕਿਹਾ ਜਿਹੜਾ ਨਿੱਕਾ ਜੰਮਿਆ ਹੋਇਆ ਇਹਦੇ 'ਚ ਕੀ ਕਮੀ ਆ? ਕਹਿੰਦੀ ਕਮੀ ਇਹਦੇ 'ਚ ਵਾਧਾ ਕੀ ਆ? ਕਹਿੰਦੀ ਵਾਧਾ ਤਾਂ ਹੈ ਨਹੀਂ, ਅਤੇ ਗਿੱਠ ਮੁੱਠੀਏ ਜਿਹਨੇ ਮੇਰੀ ਧੀ ਨਾਲ ਸੁਪਨੇ ਗੁੰਦੇ ਆ। ਫਿਰ ਮੈਂ ਕਿਹਾ ਭੈਣ ਜੀ ਇਹਨੂੰ ਗਿੱਠ ਮੁੱਠੀਆ ਦੱਸਦੇ ਹੋ ਨਾ, ਹੱਕ ਹਲਾਲ ਦੇ ਐਡੇ ਕੇ ਹੁੰਦੇ। ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨੀ ਮੰਨਦੀ ਮੇਰੀ। ਯਾਰ ਪਰ ਬੇਬੇ ਤਾਂ ਮੰਨ ਗਈ ਆ, ਬੇਬੇ ਦੀ ਨਾ ਦੋ ਸ਼ਰਤਾਂ ਨੇ, ਹੁਣ ਕੀ ਕਰਾਂ ਮੈਂ? ਇੱਕ ਤਾਂ ਬੇਬੇ ਮੈਨੂੰ ਕਹਿੰਦੀ ਆ ਕਿ ਮੁੰਡਾ ਕਨੇਡਾ ਦਾ ਹੋਣਾ ਚਾਹੀਦਾ, ਦੂਜੀ ਗੱਲ ਆ ਬੇਬੇ ਕਹਿੰਦੀ ਆ ਕਿ ਮੁੰਡਾ ਹੋਣਾ ਚਾਹੀਦਾ ਲੰਬਾ। ਯਾਰ ਇਹ ਤਾਂ ਉਹੀ ਗੱਲ ਨਹੀਂ ਹੋ ਗਈ, ਉਹ ਮੂਵੀ ਦਾ ਟ੍ਰੇਲਰ ਤੁਸੀਂ ਦੇਖਿਆ ਨਾ ਤੱਕ? ਯਾਰ ਸੇਮ ਇਹੀ ਗੱਲ ਮੇਰੀ ਬੇਬੇ ਮੈਨੂੰ ਕਹਿੰਦੀ ਜੋ ਟ੍ਰੇਲਰ ਦੇ ਵਿੱਚ ਆ। ਨਹੀਂ ਦੇਖਿਆ ਨਾ, ਪਹਿਲਾਂ ਤੁਸੀਂ ਟ੍ਰੇਲਰ ਦੇਖੋ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਅਤੇ ਫਿਰ ਹੁਣ ਤੁਸੀਂ ਦੇਖ ਲੈਣਾ ਇਹ ਛੋਟੇ ਅਤੇ ਵੱਡੇ ਕੱਦਾਂ ਵਾਲਿਆਂ ਦੇ ਸਾਰਿਆਂ ਦੇ ਰੋਲ ਕੀ ਕਰਦੇ ਨੇ, ਹੈ ਨਾ? ਅਤੇ ਜਲਦ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਆ 3 ਜੂਨ ਨੂੰ। ਜਿੱਥੇ ਵੀ ਤੁਸੀਂ ਰਹਿੰਦੇ ਹੋ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਆ, ਅਤੇ ਤੁਸੀਂ ਦੇਖਣ ਜ਼ਰੂਰ ਜਾਣੀ ਆ। ਸੋਹਣਾ ਹੈ ਨਾ ਟ੍ਰੇਲਰ? ਅਤੇ ਇਸ ਮੂਵੀ ਦੀ ਸਟਾਰਕਾਸਟ ਨੂੰ ਮੈਂ ਤੁਹਾਨੂੰ ਰੂਬਰੂ ਕਰਾਵਾਂਗੀ, ਠੀਕ ਹੈ ਜੀ? ਉੱਚੀ ਲੰਬੀ ਕੁੜੀ ਹਸ਼ਨੀਨ ਅਤੇ ਪੁਖਰਾਜ ਭੱਲਾ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ। ਥੈਂਕ ਯੂ ਸੋ ਮਚ ਜੀ, ਮੇਰੇ ਵੱਲੋਂ ਜਾਣ ਕੇ ਪੁਖਰਾਜ ਭੱਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਕਿਵੇਂ ਹੋ ਤੁਸੀਂ ਦੋਵੇਂ ਜਾਣੇ? ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ? ਆਪਾਂ ਵੀ ਵਧੀਆ। ਫਿਰ ਕਿੱਦਾਂ, ਕਿਵੇਂ ਦਾ ਲੱਗ ਰਿਹਾ ਕਿ ਛੋਟੇ ਕੱਦ ਦਾ ਰੋਲ ਪਲੇ ਕਰਕੇ? ਦੇਖੋ ਜੀ, ਹਰ ਫਿਲਮ ਦੇ ਵਿੱਚ ਇੱਕ ਡਿਫਰੈਂਟ ਟਾਈਪ ਦੀ ਚੁਣੌਤੀ ਹੁੰਦੀ ਹੈ, ਸੋ ਇਸ ਫਿਲਮ ਦੇ ਵਿੱਚ ਇਹ ਸੀਗੀ ਅਤੇ ਬੜਾ ਮਜ਼ਾ ਆਇਆ ਕਰਕੇ, ਕਿਉਂਕਿ ਚੈਲੰਜਸ ਜਦੋਂ ਸਾਹਮਣੇ ਹੁੰਦੇ ਆ ਤਾਂ ਉਦੋਂ ਤਾਂ ਔਖੇ ਲੱਗਦੇ ਆ, ਪਰ ਹੁਣ ਜਿਵੇਂ ਆਪਾਂ ਤੁਹਾਡੇ ਨਾਲ ਬਹਿ ਕੇ ਟ੍ਰੇਲਰ ਦੇਖਿਆ ਤਾਂ ਬਹੁਤ ਹੀ ਜ਼ਿਆਦਾ ਮਜ਼ਾ ਆਇਆ। ਸੋ ਬਾਕੀ ਤਾਂ ਹੁਣ ਦਰਸ਼ਕ ਦੱਸਣਗੇ 3 ਜੂਨ ਨੂੰ। 3 ਜੂਨ ਨੂੰ ਮੈਨੂੰ ਲੱਗਦਾ ਦਰਸ਼ਕਾਂ ਨੇ ਦੱਸ ਦਿੱਤਾ ਟ੍ਰੇਲਰ ਨੂੰ, ਇੰਨਾ ਪਿਆਰ ਜੋ ਮਿਲਦਾ ਪਿਆ, ਇੰਨੇ ਵਧੀਆ ਵਧੀਆ ਪਿਆਰੇ ਪਿਆਰੇ ਕਮੈਂਟਸ ਜੋ ਆ ਰਹੇ ਆ। ਸੋ ਹਸ਼ਨੀਨ, ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਇਸ ਮੂਵੀ ਦਾ? ਮੇਰਾ ਐਕਸਪੀਰੀਅੰਸ ਬਹੁਤ ਸੋਹਣਾ ਰਿਹਾ ਜੀ ਇਸ ਮੂਵੀ ਵਾਸਤੇ, ਅਤੇ ਕੋਈ ਵੀ ਇਹੋ ਜਿਹਾ ਦਿਨ ਨਹੀਂ ਸੀ, ਕੋਈ ਇਹੋ ਜਿਹਾ ਸੀਨ ਨਹੀਂ ਸੀ ਵੀ ਜਦੋਂ ਵੀ ਐਵੇਂ ਲੱਗਿਆ ਹੋਵੇ ਕਿ ਵੀ ਮਜ਼ਾ ਨਹੀਂ ਆ ਰਿਹਾ, ਮੂਡ ਖਰਾਬ ਹੋ ਰਿਹਾ ਜਾਂ ਹੋ ਨਹੀਂ ਰਿਹਾ। ਬਹੁਤ ਵਧੀਆ ਐਕਸਪੀਰੀਅੰਸ ਸੀ, ਸਾਰੇ ਆਰਟਿਸਟਸ ਬਹੁਤ ਵਧੀਆ ਸੀ, ਬਹੁਤ ਕੋਆਪਰੇਟਿਵ ਸੀ, ਸਾਰੀ ਟੀਮ, ਸਾਰੀ ਇਨਵਾਇਰਮੈਂਟ ਬਹੁਤ ਪੋਜ਼ਿਟਿਵ ਸੀ ਸਭ ਕੁਝ। ਓਕੇ, ਪੋਜ਼ਿਟਿਵ ਤਾਂ ਹੋਣੀ ਆ ਵੀ ਪੱਲਾ ਫੈਮਿਲੀ ਜੋ ਸੀ ਉਹਨਾਂ ਨੇ ਕੰਮ ਜੋ ਕਰ ਰਹੇ ਸੀ, ਹੈ ਨਾ? ਸੋ ਮਜ਼ਾਕ ਤਾਂ ਲਾਈਕ ਅਨਲਿਮਿਟਿਡ ਹੋਣਾ ਸੈਟ ਤੇ, ਕਿਉਂ? ਬਿਲਕੁਲ ਬਿਲਕੁਲ। ਸੋ ਆਹ ਚੀਜ਼ਾਂ ਦੁੱਖ ਨਾ ਲੱਗੀਆਂ, ਮੈਨੂੰ ਲੱਗਦਾ ਗੱਲਾਂ ਦੇ ਟੋਏ ਹੋਰ ਜ਼ਿਆਦਾ ਵੱਧ ਗਏ। ਐਕਚੁਅਲੀ ਚ ਕਿਸੇ ਕਿਸੇ ਪੁਆਇੰਟ ਦੇ ਉੱਤੇ ਹੁੰਦਾ ਸੀ ਕਿ ਅਸੀਂ ਇੰਨਾ ਇੰਜੋਏ ਕਰ ਰਹੇ ਸੀਗੇ ਵਾਈਲ ਐਕਟਿੰਗ ਆਊਟ ਕਿ ਬਾਕੀ ਮਤਲਬ ਹੱਸ ਹੱਸ ਕੇ ਗੱਲਾਂ ਦੁੱਖਣ ਲੱਗ ਜਾਂਦੀਆਂ ਸੀ। ਅੱਛਾ ਪੁਖਰਾਜ, ਤੁਹਾਡਾ ਨਾ ਜਿਹੜਾ ਮਤਲਬ ਕਿ ਰੋਲ ਹੈ ਇਹਦੇ ਵਿੱਚ ਬੜਾ ਪਸੰਦ ਕੀਤਾ ਜਾ ਰਿਹਾ, ਲਾਈਕ ਜਿਵੇਂ ਤੁਸੀਂ ਬੋਲਦੇ ਇੱਕ ਤਾਂ ਸ਼ੇਰੋ ਸ਼ਾਇਰੀ ਤੁਹਾਡੀ, ਵਾਹ ਕਮਾਲ, ਮੈਨੂੰ ਲੱਗਦਾ ਇਹਦੇ ਵਿੱਚ ਨਿਖਰ ਕੇ ਆ ਰਹੀ ਉਹ ਚੀਜ਼, ਹੈ ਨਾ, ਬੋਲਣ ਦਾ ਮੌਕਾ ਮਿਲਿਆ ਜੀ ਇਹਦੇ ਵਿੱਚ ਥੋੜਾ ਖੁੱਲ ਖੁੱਲ ਕੇ, ਕੀ ਕਹਿੰਦੇ ਹੁੰਦੇ ਉਹਨੂੰ, ਕਿਹੜਾ ਅੰਦਾਜ਼ ਹੁੰਦਾ ਉਹ, ਕੀ ਹੁੰਦਾ ਵਰਡ ਉਹ, ਖੁਸ਼ ਮਿਜਾਜ਼? ਨਹੀਂ ਨਹੀਂ, ਜਾ ਨਹੀਂ ਰਿਹਾ ਦਿਮਾਗ 'ਚ, ਮਤਲਬ ਬੇਬਾਕ ਜਿਹਾ, ਹੈ ਨਾ? ਸੋ ਉਦਾਂ ਦਾ ਇਹ ਕੈਰੇਕਟਰ ਆ ਤੇ ਆਡੀਅੰਸ ਨੂੰ ਵੀ ਵਧੀਆ ਲੱਗੂਗਾ। ਅੱਜ ਕਦੇ ਪ੍ਰੋਬਲਮ ਤਾਂ ਨਹੀਂ ਆਈ ਤੁਹਾਨੂੰ ਪੁਖਰਾਜ ਵੀ ਰੀਅਲ ਲਾਈਫ ਦੇ ਵਿੱਚ? ਵੈਸੇ ਤੁਹਾਡੀ ਹਾਈਟ ਬੜੀ ਚੰਗੀ ਹੈ, ਬਟ ਉਹਦੇ ਵਿੱਚ ਤਾਂ ਇਦਾਂ ਦਿਖਾਇਆ ਤੁਸੀਂ ਬਾਹਲੇ ਛੋਟੇ ਹੋ। ਐਕਚੁਅਲੀ ਇਹ ਬਹੁਤ ਲੰਬੇ ਆ, ਉਹ ਰਿਐਲਿਟੀ ਵਿੱਚ ਲੰਬੇ ਨੇ ਬਹੁਤ ਜੀ। ਸੋ ਲੰਬੀ ਕਿਵੇਂ, ਇੰਨੀ ਲੰਬੀ ਕੁੜੀ ਪਹਿਲਾਂ ਮੈਨੂੰ ਦੱਸੋ। ਇਹ ਦੇਖੋ, ਇਹ ਪਹਿਲਾਂ ਹੀ ਸਾਡੇ ਐਕਚੁਅਲੀ ਅਸੀਂ ਆਲਰੇਡੀ ਇੱਕ ਵੱਡੀ ਸੀਰੀਜ਼ ਦੇ ਵਿੱਚ ਆਲਰੇਡੀ ਅਸੀਂ ਕੰਮ ਕਰ ਚੁੱਕੇ ਸੀਗੇ ਇਕੱਠੇ, ਸੋ ਉਹਦੇ ਵਿੱਚ ਹਾਲਾਂਕਿ ਅਸੀਂ ਉੱਥੇ ਨਹੀਂ ਮਿਲੇ ਸੀਗੇ ਕਦੀ, ਪਰ ਉੱਦਾਂ ਪਤਾ ਸੀਗਾ ਇੱਕ ਦੂਜੇ ਬਾਰੇ, ਸੋ ਦਿਮਾਗ ਦੇ ਵਿੱਚ ਵੈਸੇ ਵੀ ਸੀਗੇ ਵੀ ਜਦੋਂ ਮੈਨੂੰ ਸਟੋਰੀ ਸੁਣਾਈ ਵੀ ਸੀਗੇ, ਕਿਤੇ ਨਾ ਕਿਤੇ ਰਾਜੇ ਬਾਈ ਹੁਣਾਂ ਨੇ ਪ੍ਰੋਡਿਊਸਰਸ ਨਾਲ ਡਿਸਕਸ਼ਨ ਜਦੋਂ ਹੋਈ ਸੀਗੀ ਤਾਂ ਸੋਚਿਆ ਤਾਂ ਸੀਗਾ ਵੀ ਇਹਨਾਂ ਦਾ ਦਿਮਾਗ 'ਚ ਜਾਣੀ ਨਾ ਸੀਗਾ। ਇਹਨਾਂ ਦੀ ਦੁਕਾਨ ਹੁੰਦੀ ਹੈ ਜਿੱਥੋਂ ਫਾਰਮ ਮਿਲਦੇ, ਸੋ ਫਾਰਮ ਲੈਣ ਹਮੇਸ਼ਾ ਉੱਥੋਂ ਜਾਂਦਾ ਹੁੰਦਾ ਮੈਂ।
ਮੱਟੂ ਸਾਹਿਬ ਕਹਿ ਰਹੇ ਨੇ ਹਨਾ ਕਿ ਕਲੀਅਰ ਤਾਂ ਹੁੰਦਾ ਨਹੀਂ ਹੈਗਾ ਮੱਟੂ ਸਾਹਿਬ ਤਾਂ ਸਿੱਧੇ ਹੀ ਕਹਿ ਦਿੰਦੇ ਮੈਨੂੰ ਉਸ ਕੁੜੀ ਜੀ ਉਹਨਾਂ ਦੇ ਕਿਰਦਾਰ ਵੀ ਬੜਾ ਪਿਆਰਾ ਹੈ ਨਾ ਬਹੁਤ ਬਹੁਤ ਅੱਛਾ ਕੀਤਾ ਜੀ ਤੁਹਾਨੂੰ ਮਨ ਕੀ ਤੁਹਾਡੀ ਮਦਰ ਕਹਿ ਰਹੇ ਨੇ ਕਿ ਤੇਰਾ ਤਾਂ 6 ਲੰਬੇ ਉੱਚੇ ਲੰਬੇ ਮੁੰਡੇ ਨਾਲ ਹਨਾ ਵਿਆਹ ਕਰਨਾ ਤੇ ਤੁਹਾਨੂੰ ਪੁਖਰਾਜ ਪਸੰਦ ਆ ਜਾਂਦਾ ਸੋ ਤੁਹਾਨੂੰ ਲੱਗਦਾ ਕਿ ਮੇਰੀ ਫੈਮਿਲੀ ਪਤਾ ਨਹੀਂ ਮੰਨੂਗੀ ਪਤਾ ਨਹੀਂ ਮੰਨੂਗੀ ਤੁਸੀਂ ਜਦੋਂ ਇਹ ਫਿਲਮ ਦੇਖੋਗੇ ਨਾ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਉਹ ਜਰਨੀ ਜਿਸ ਪਾਰਟ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਫੈਮਿਲੀ ਮੰਨੂਗੀ ਕਿ ਨਹੀਂ ਮੰਨੂਗੀ ਉਹ ਪੂਰਾ ਇੱਕ ਪ੍ਰੋਪਰ ਚੰਕ ਹੈਗਾ ਫਿਲਮ ਦੇ ਵਿੱਚ ਤੇ ਉਹ ਚੰਕ ਇਹੋ ਜਿਹਾ ਹੈ ਕਿ ਉਹ ਹਾਸੇ ਨਾਲ ਵੀ ਭਰਪੂਰ ਹੈ ਲੇਕਿਨ ਫਿਰ ਵੀ ਆਡੀਅੰਸ ਨੂੰ ਐਕਸਾਈਟਮੈਂਟ ਰਹਿਣੀ ਹੈ ਵੀ ਬਾਕੀ ਹੋਣ ਕੀ ਵਾਲਾ ਹੈ ਹੁਣ ਅੱਛਾ ਮਾੜਾ ਮੋਟਾ ਦੱਸ ਦਿਓ ਸਾਨੂੰ ਪਤਾ ਲੱਗ ਜਾਏਗਾ ਨਹੀਂ ਉਹਦੇ ਲਈ ਤੁਸੀਂ ਕਹਿ ਰਹੇ ਹੋ ਨਾ ਉਹ ਤਾਂ ਤਰੀਕ ਨੂੰ ਹੀ ਪਤਾ ਲੱਗੂਗਾ ਜੀ ਵਰਲਡ ਵਾਈਡ ਸਾਰਿਆਂ ਨੂੰ ਪਤਾ ਲੱਗ ਜਾਊਗਾ ਮਾਈਂਡ ਬਣਾ ਕੇ ਆਏ ਨੇ ਕਿ ਇੱਕ ਚੀਜ਼ ਵੀ ਨਹੀਂ ਦੱਸਣੀ ਹੈ ਕਿ ਜੋ ਟ੍ਰੇਲਰ ਦੇ ਵਿੱਚ ਉਹ ਹੀ ਬੋਲ ਰਿਹਾ ਹੈ ਨਾ ਅੱਛਾ ਸ਼ੇਰ ਉਹ ਸ਼ਾਇਰੀ ਤੁਹਾਡੀ ਸੁਣਨੀ ਆ ਜੋ ਤੁਸੀਂ ਬੋਲੇ ਸੀ ਉਹ ਸੀਗੀ ਜੀ ਕਿੱਥੋਂ ਸ਼ੁਰੂ ਹੁੰਦੀ ਸੀ ਆਹ ਨਹੀਂ ਰੀਅਲ ਲਾਈਫ ਚ ਮੈਂ ਥੋੜਾ ਸ਼ਾਏ ਕਿਸਮ ਦਾ ਬੰਦਾ ਜੀ ਮੈਂ ਮਤਲਬ ਓਦਾਂ ਏਦਾਂ ਸ਼ਾਏ ਨਹੀਂ ਮੇਰਾ ਮਤਲਬ ਥੋੜਾ ਇੰਟਰੋਵਰਟ ਆ ਮੈਂ ਬਹੁਤਾ ਛੇਤੀ ਛੇਤੀ ਨਹੀਂ ਖੁੱਲਦਾ ਹੈਗਾ ਮੈਂ ਸੋ ਜਿਹੜੇ ਫਿਰ ਮਿੱਤਰ ਬਣ ਜਾਂਦੇ ਆ ਉਹਨਾਂ ਨਾਲ ਤਾਂ ਫਿਰ ਰਹੀਦਾ ਇੱਦਾਂ ਹੀ ਪਰ ਸ਼ੁਰੂ ਸ਼ੁਰੂ 'ਚ ਮੈਂ ਥੋੜਾ ਜਿਹਾ ਇੰਟਰੋਵਰਟ ਹੈਗਾ ਹਸ਼ਨੀਨ ਦਾ ਨਹੀਂ ਇੰਟਰੋਵਰਟ ਐਕਚੁਲੀ ਮੈਨੂੰ ਲੱਗਦਾ ਕਿ ਆਪਾਂ ਸਾਰੇ ਹੀ ਥੋੜ੍ਹੇ ਇੰਟਰੋਵਰਟ ਥੋੜ੍ਹੇ ਐਕਸਟਰੋਵਰਟ ਹੁੰਦੇ ਹਾਂ ਮੈਂ ਕਹੂੰਗੀ ਕਿ ਮੈਂ 60-40 ਹਾਂ ਆਈ ਐਮ 60% ਇਨ ਐਕਸਟਰੋਵਰਟ 40 ਇੰਟਰੋਵਰਟ ਆਈ ਥਿੰਕ ਹੋਣਾ ਚਾਹੀਦਾ ਇੰਨਾ ਤਾਂ ਹਾਂਜੀ ਬੰਦਾ ਖੁੱਲ੍ਹ ਕੇ ਬੋਲੇ ਵੀ ਉਹ ਚੀਜ਼ ਸਾਹਮਣੇ ਵਾਲੇ ਨੂੰ ਪਤਾ ਵੀ ਲੱਗ ਜਾਏ ਕੁਛ ਬੋਲਣਾ ਚਾਹੁੰਦਾ ਐਵੇਂ ਚੁੱਪ ਚਾਪ ਨਹੀਂ ਬਹਿਣਾ ਬਿਲਕੁਲ ਬਿਲਕੁਲ ਅਸ਼ਨੀ ਜਦੋਂ ਤੁਹਾਡੇ ਕੋਲ ਮੂਵੀ ਆਈ ਸੀ ਤੁਸੀਂ ਡਿਸਾਈਡ ਕਰ ਲਿਆ ਸੀ ਮੈਂ ਕਰਨੀ ਹੀ ਕਰਨੀ ਹੈ ਜਾਂ ਥੋੜ੍ਹਾ ਟਾਈਮ ਲਿਆ ਸੀ ਨਹੀਂ ਮੈਨੂੰ ਸੋਚਣ ਦਾ ਮੌਕਾ ਚਾਹੀਦਾ ਹੈ ਐਕਚੁਲੀ ਮੈਨੂੰ ਟਾਈਟਲ ਤਾਂ ਕੈਚੀ ਲੱਗਿਆ ਸੀਗਾ ਆਫਕੋਰਸ ਤੇ ਜਦੋਂ ਮੈਂ ਨਰੇਸ਼ਨ ਸੁਣੀ ਉਸ ਤੋਂ ਬਾਅਦ ਤਾਂ ਮੈਂ ਸ਼ੋਰ ਹੋ ਗਈ ਸੀ ਕਿ ਹਾਂਜੀ ਕਰਨੀ ਕਰਨੀ ਆ ਓਕੇ ਤੇ ਇਹਨਾਂ ਕੀ ਪਛਤਾਵਾ ਤਾਂ ਨਹੀਂ ਹੈ ਨਾ ਕਿਉਂਕਿ ਟ੍ਰੇਲਰ ਤਾਂ ਇੰਨਾ ਕਹਿੰਦਾ ਪਛਤਾਵਾ ਦਾ ਆਡੀਅנס ਨੂੰ ਵੀ ਨਹੀਂ ਜੀ ਹੋਣਾ ਜਦੋਂ ਚੱਲ ਗਏ ਇੱਕ ਵਾਰੀ ਥੀਏਟਰ ਦੇ ਵਿੱਚ ਵੜ ਗਏ ਤਾਂ ਉਹ ਸਾਡਾ ਉਸ ਚੀਜ਼ ਦੀ ਅਸੀਂ ਗਰੰਟੀ ਚੱਕਦੇ ਹਾਂ ਓਕੇ ਆਸ਼ਾ ਹਸ਼ਨੀਨ ਰੀਅਲ ਲਾਈਫ ਦੇ ਵਿੱਚ ਜੇਕਰ ਛੋਟੇ ਕੱਦ ਵਾਲਾ ਮੁੰਡਾ ਮਿਲ ਜਵੇ ਤਾਂ ਫਿਰ ਤਾਂ ਵੀ ਕੋਈ ਗਮ ਨਹੀਂ ਠੀਕ ਹੈ ਛੋਟੇ ਕੱਦ ਵਾਲਾ ਹੋਵੇ ਪਰ ਲੇਕਿਨ ਬਾਕੀ ਜੋ ਤੁਹਾਡੀ ਹੋਰ ਡਿਮਾਂਡਸ ਹੁੰਦੀਆਂ ਨੇ ਉਹ ਫੁਲਫਿਲ ਹੋਣ ਤੇ ਮੁੰਡਾ ਚੰਗਾ ਹੋਣਾ ਚਾਹੀਦਾ ਦਿਲ ਦਾ ਸਾਫ਼ ਹੋਣਾ ਚਾਹੀਦਾ ਅਸੀਂ ਇਹੀ ਮੈਸੇਜ ਬਲਕਿ ਕਨਵੇ ਕਰਨਾ ਚਾਹੁੰਦੇ ਹਾਂ ਮੂਵੀ ਦੇ ਥਰੂ ਕਿ ਇਨਸਾਨ ਦਾ ਜਿਹੜਾ ਕੱਦ ਆ ਉਹਦੇ ਕਿਰਦਾਰ ਨਾਲ ਬਣਦਾ ਹੈ ਇਹ ਗੱਲ ਬਿਲਕੁਲ ਸਹੀ ਆ ਬਟ ਹਸ਼ਨੀਨ ਤੁਸੀਂ ਮੈਨੂੰ ਦੱਸੋ ਕੀ ਤੁਹਾਨੂੰ ਸੱਚੀ ਲੱਗਦਾ ਲੰਬੀਆਂ ਕੁੜੀਆਂ ਹੋਣ ਜਾਂ ਫਿਰ ਛੋਟੇ ਮੁੰਡੇ ਹੋਣ ਉਹਨਾਂ ਨੂੰ ਵਿਆਹ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਆਈ ਥਿੰਕ ਹਾਂਜੀ ਆਫ ਕੋਰਸ ਇਹ ਚੀਜ਼ ਆਉਂਦੀ ਹੈ ਤੇ ਮਤਲਬ ਇਹ ਕੋਈ ਲੁਕਿਆ ਹੋਏ ਕੋਈ ਗੱਲ ਤਾਂ ਹੈ ਨਹੀਂ ਜ਼ਿਆਦਾਤਰ ਆਪਣੇ ਐਵੇਂ ਹੀ ਦੇਖਦੇ ਨੇ ਕਿ ਵੀ ਜੇ ਕੁੜੀ 5-6 ਹੈ ਤਾਂ ਮੁੰਡਾ ਉਦੋਂ ਲੰਬਾ ਹੀ ਹੋਵੇ ਤਾਂ ਇਹ ਇਹ ਤਾਂ ਇੱਕ ਬਹੁਤ ਹੀ ਜਨਰਲ ਜੀ ਫਿਲੋਸਫੀ ਆਪਾਂ ਮੰਨ ਕੇ ਚੱਲਦੇ ਹਾਂ ਲੇਕਿਨ ਮਤਲਬ ਇੰਨਾ ਪ੍ਰੈਸ਼ਰਾਈਜ਼ ਨਹੀਂ ਹੋਣਾ ਚਾਹੀਦਾ ਜੋ ਮੈਂ ਫੀਲ ਕਰਦੀ ਹਾਂ ਕਿ ਜਿੱਥੇ ਤੁਹਾਡਾ ਦਿਲ ਮਿਲਦਾ ਹੈ ਤਾਂ ਉਹਦੇ ਵਿੱਚ ਆਹ ਸਭ ਚੀਜ਼ਾਂ ਆਉਣ ਦਾ ਆਉਣਾ ਕੋਈ ਜ਼ਰੂਰੀ ਨਹੀਂ ਕਹਿੰਦੇ ਨੇ ਕਿ ਦਿਲ ਮਿਲਿਆਂ ਦੇ ਮਿਲਿਆ ਨਾ ਜਿੱਥੇ ਪਿਆਰ ਹੋ ਜਾਵੇ ਉੱਥੇ ਵੀ ਹਾਈਟ ਨਹੀਂ ਮੈਟਰ ਕਰਦੀ ਏਜ ਵੀ ਨਹੀਂ ਮੈਟਰ ਕਰਦੀ ਬਿਲਕੁਲ ਅੱਛਾ ਇੱਕ ਪਰਸਨਲ ਸਵਾਲ ਹੈ ਤੁਹਾਨੂੰ ਹਾਂਜੀ ਠੀਕ ਹੈ ਤੁਹਾਡੀ ਹਾਈਟ ਕਿੰਨੀ ਤੁਹਾਨੂੰ ਕੀ ਲੱਗਦਾ ਮੇਰੀ ਹਾਈਟ ਕਿੰਨੀ ਨਹੀਂ ਮੈਂ ਨਹੀਂ ਗੈਸ ਕਰ ਸਕਦੀ ਮੈਂ ਤਾਂ ਜਮਾ ਹੀ ਨਹੀਂ ਗੈਸ ਕਰ ਸਕਦੀ ਫਿਰ ਵੀ 6 ਦਿਨ ਨਹੀਂ ਯਾਰ 6 ਬਹੁਤ ਲੰਬਾ ਹੁੰਦਾ ਹੈ ਇਹਨਾਂ ਦੀ ਹਾਈਟ ਜੇ ਆਪਾਂ ਵੈਸੇ ਵਿਦਆਊਟ ਕੈਮਰੇ ਗੱਲ ਕਰੀਏ ਤਾਂ ਤਕਰੀਬਨ ਸਾਡੀ ਸੇਮ ਆ ਹਾਂਜੀ ਇਹ ਥੋੜੇ ਜਿਹੇ 1-2 ਇੰਚ ਉੱਤੇ ਹੋਣਗੇ ਸੋ ਪਰ ਇਹ ਬੜਾ ਇਹ ਐਕਚੁਅਲ ਚ ਫੈਕਟ ਹੈ ਇਹ ਜੇ ਕੁੜੀਆਂ 5-6 ਵੀ ਹੋਣ ਬਹੁਤ ਲੰਬੀਆਂ ਲੱਗਦੀਆਂ ਮੁੰਡੇ 5-8 ਹੋਣ ਉਹ ਫਿਰ ਵੀ ਲੱਗਦਾ ਵੀ ਨਹੀਂ ਯਾਰ ਜਿਵੇਂ ਮਤਲਬ 6 ਦੇ ਕੰਪੈਰੀਟਿਵਲੀ ਛੋਟਾ ਹੈ ਨਾ ਤਾਂ ਮੁੰਡਿਆਂ ਦੇ ਵਿੱਚ ਉਹ ਵੈਸੇ ਹੀ ਛੋਟਾ ਲੱਗਦਾ ਹੁੰਦਾ ਕਿਉਂਕਿ ਕੁੜੀਆਂ 'ਚ ਜ਼ਿਆਦਾ ਲੰਮਾ ਲੱਗਦਾ ਐਗਜੈਕਟਲੀ ਇਹ ਗੱਲ ਬਿਲਕੁਲ ਮੈਂ 5-8 ਹਾਂ ਹਾਂਜੀ 5-8 ਵੀ ਉਹਦੀ ਬਹੁਤ ਗੱਲ ਉਹੀ ਆ ਗਈ ਨਾ ਫਿਰ ਚਲੋ ਮੰਮੀ ਚਲੋ ਮੰਨ ਜਾਣ ਚੰਗੀ ਗੱਲ ਹੈ ਨਾ ਬਿਲਕੁਲ ਬਟ ਇੱਕ ਹੋਰ ਇਨਸਾਨ ਆ ਜਾਂਦਾ ਚਲੋ ਕੋਈ ਗੱਲ ਨੀ ਜੀ ਥੈਂਕ ਯੂ ਸੋ ਮਚ ਹਸ਼ਨੀਨ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਸੀਂ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਤੇ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਭੱਲਾ ਸਾਹਿਬ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਉਮੀਦ ਹੈ ਤੁਹਾਨੂੰ ਇਹ ਸੈਗਮੈਂਟ ਵੀ ਚੰਗਾ ਲੱਗਿਆ ਤੇ ਹੋਰ ਵੀ ਗੱਲਾਂ ਬਾਤਾਂ ਚੰਗੀਆਂ ਲੱਗਣਗੀਆਂ ਬਟ ਮਿਲਦੇ ਹਾਂ ਜੀ ਨਿੱਕੇ ਜੇ ਬ੍ਰੇਕ ਤੋਂ ਬਾਅਦ ਭੱਲਾ ਸਾਹਿਬ
ਮੈਨੂੰ ਨਾ ਤੁਹਾਡੇ ਤੋਂ ਦਵਾਈ ਚਾਹੀਦੀ ਆ। ਦੇਖੋ ਮੇਰੀ ਮੰਮੀ ਮੈਨੂੰ ਕਹਿੰਦੀ ਹੈ ਕਿ ਜਾਂ ਤਾਂ ਮੁੰਡਾ ਕੈਨੇਡਾ ਦਾ ਹੋਵੇ ਜਾਂ ਫਿਰ ਲੰਬਾ ਹੋਵੇ। ਹੁਣ ਕੈਨੇਡਾ ਦਾ ਤਾਂ ਕਿੱਥੋਂ ਮਿਲਣ ਤੁਰਿਆ, ਅਤੇ ਲੰਬੇ ਕੰਧ ਵਾਲੇ ਮੁੰਡੇ ਨਾਲ ਕਰਾਉਣਾ ਹੈ ਜੀ ਵਿਆਹ, ਹੈ ਨਾ, ਅਤੇ ਇਸ ਤੋਂ ਪਹਿਲਾਂ ਕਿ ਸ਼ੋਅ ਸ਼ੁਰੂ ਹੋ ਜਾਵੇ ਤੁਸੀਂ ਮੈਨੂੰ ਦਵਾਈ ਦੱਸ ਦਿਉ। ਓਕੇ 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 ਓਕੇ, ਸ਼ੋਅ ਸ਼ੁਰੂ ਹੋ ਗਿਆ। ਇੱਕ ਮਿੰਟ ਆਪਾਂ, ਮੈਂ ਸ਼ੋਅ ਦੀ ਓਪਨਿੰਗ ਕਰ ਲਾਂ, ਫਿਰ ਆਪਾਂ ਗੱਲ ਕਰਦੇ। ਤੁਸੀਂ ਦਵਾਈ ਦੱਸਣੀ ਹੈ ਮੈਨੂੰ, ਠੀਕ ਹੈ, ਖਿਆਲ ਰੱਖਿਓ। ਬ੍ਰੇਕ ਤੋਂ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ ਪਿਆਰੇ ਦਰਸ਼ਕਾਂ ਦਾ ਪ੍ਰੋਗਰਾਮ ਡੇਲੀ ਡੋਜ਼ ਵਿੱਚ। ਉਮੀਦ ਕਰਦੀ ਹਾਂ ਠੀਕ ਹੋ ਤੁਸੀਂ। ਅਤੇ ਜੀ ਮਾਹੀ ਮੇਰਾ ਨਿੱਕਾ ਜਿਹਾ ਫਿਲਮ ਦੀ ਸਟਾਰਕਾ ਜਿਹੜੀ ਸਾਡੇ ਨਾਲ ਜੁੜ ਚੁੱਕੀ ਆ ਜੀ, ਪੁਖਰਾਜ ਨੂੰ ਤੁਸੀਂ ਮਿਲ ਚੁੱਕੇ ਹੋ ਜੀ, ਭੱਲਾ ਸਾਹਿਬ ਦਾ ਅਸੀਂ ਵੈਲਕਮ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਮਨੀਸ਼ਾ ਜੀ, ਥੈਂਕ ਯੂ। ਠੀਕ ਹੋ ਤੁਸੀਂ? ਬਿਲਕੁਲ। ਮੈਂ ਐਕਚੁਅਲੀ ਸ਼ੋਅ ਸ਼ੁਰੂ ਹੋ ਗਿਆ ਸੀ ਅਤੇ ਮੈਂ ਪੁੱਛਣਾ, ਮਤਲਬ ਕਿ ਰਹਿ ਗਿਆ ਆਪਣਾ, ਪਲੀਜ਼ ਮੈਨੂੰ ਦਵਾਈ ਦੱਸ ਦਿਉ, ਕਿਉਂਕਿ ਤੁਹਾਨੂੰ ਪਤਾ ਫਿਰ ਮੇਰਾ ਕੱਦ ਤਾਂ 5 ਫੁੱਟ ਦੇ 2 ਫੁੱਟ, ਮਤਲਬ ਕਿ 5'2" ਆ। ਬੂਟੇ ਬੈਦ ਦੀ ਕੁੱਟੀ ਬੂਟੀ ਜਲ ਹਲਕ ਵਿੱਚ ਸੁੱਟੀ, ਜਾਂ ਤਾਂ ਮਰੀਜ਼ ਦੀਆਂ ਪਾਉਂ ਬਾਰਾਂ ਜਾਂ ਫਿਰ ਪੱਕੀ ਛੁੱਟੀ। ਤੁਸੀਂ ਦੱਸੋ ਪੱਕੀ ਛੁੱਟੀ ਕਰਾਉਣੀ ਹੈ ਕਿ ਪਾਉਂ ਬਾਰਾਂ ਕਰਾਉਣੀ? ਨਾਲੇ ਹੁਣ ਬੇਟਾਈਮੀ ਦਵਾਈ ਦਾ ਕੀ ਫਾਇਦਾ? ਇਹ ਤਾਂ ਬੀਬਾ ਜੀ ਤੁਹਾਡੇ ਹੋਣ ਤੋਂ ਪਹਿਲਾਂ ਮੰਮੀ ਪਾਪਾ ਨੂੰ ਭੇਜਣਾ ਸੀ, ਫਿਰ ਦਵਾਈ ਦੇਣੀ ਸੀ ਮੈਂ। ਅੱਛਾ, ਫੇ ਉਹ ਕੰਧ ਜਿਹੜੀ ਫਟ ਜਾਂਦੀ ਆ, ਉਹ ਉਚਾਈ ਛੱਤ, ਹਾਂਜੀ ਛੱਤ ਫਟਦੀ ਹੈ ਜੀ, ਹਾਂਜੀ ਛੱਤ ਫਟ ਜਾਂਦੀ। ਜੇ ਕੋਈ ਗਲਤ ਇਨਫੋਰਮੇਸ਼ਨ ਦੇ ਦੇਵੇ ਵੀ ਮੇਰੀ ਦਰਵਾਜ਼ੇ, ਇੰਨਾ ਫਰਕ ਪੈ ਜਾਂਦਾ ਜੀ, ਜੜੀ ਬੂਟੀਆਂ ਇੰਨਾ ਕਮਾਲ ਕਰ ਦਿੰਦੀਆਂ। ਮੈਂ ਕਿਹਾ ਇੰਨਾ ਕਮਾਲ ਕਰ ਦਿੰਦੀਆਂ, ਜੇ ਪੈਰ ਦੇ ਗੁੱਠੇ ਦਾ ਨਹੁੰ ਕੱਟਣਾ ਹੋਵੇ ਤਾਂ ਨਾਲ ਦੂਰਬੀਨ ਚੱਕਣੀ ਪੈਂਦੀ ਹੈ। ਮੈਂ ਦੂਰਬੀਨ ਲੈ ਕੇ ਆਈ ਹਾਂ ਵੈਸੇ ਆਪਣੇ ਨਾਲ। ਹਾਂ ਮੈਂ ਲੈ ਕੇ ਤਿਆਰ ਕਰਾ ਦਿਆਂਗੇ। ਕੀ ਬਾਤ, ਫੇ ਪੱਕੀ ਰਹਿ ਗਈ ਨਾ ਤੁਸੀਂ ਦਵਾਈ ਦੇਣੀ ਹੈ ਨਾ। ਬਿਲਕੁਲ ਬਿਲਕੁਲ, ਹੁਣ ਮੈਂ ਹੋ ਜਾਣਾ ਜੀ ਲੰਬੀ, ਮੇਰੀ ਤੇ ਮੰਮੀ ਦੀ ਖੁਆਇਸ਼ ਹੈ ਜਿਹੜੀ ਪੂਰੀ ਹੋ ਜਾਣੀ ਆ। ਬਹੁਤ ਬਹੁਤ ਧੰਨਵਾਦ, ਮੇਰੀ ਮੰਮੀ ਨੇ ਸੱਚੀ ਬਹੁਤ ਖੁਸ਼ ਹੋਣਾ। ਥੈਂਕ ਯੂ ਜੀ, ਸਾਨੂੰ ਤਾਂ ਪ੍ਰਮਾਤਮਾ ਨੇ ਇੱਥੇ ਇਕੱਲੇ ਮੰਮੀਆਂ ਨੂੰ ਖੁਸ਼ ਕਰਨ ਲਈ। ਵੱਖਰੀ ਗੱਲ ਹੈ ਚਾਹੇ ਬੁਗਰਾਜ ਦੀਆਂ ਹੁਣ ਜਾਂ ਕਿਸੇ ਹੋਰ ਦੀਆਂ। ਠੀਕ ਹੈ ਜੀ, ਤੇ ਆ ਮੇਲਾ ਸੈੱਟ ਤੇ ਵੀ ਲੱਗਿਆ ਰਹਿੰਦਾ ਹੁਣ ਸਾਰੀ ਦਿਹਾੜੀ। ਬਹੁਤ ਰੌਣਕਾਂ ਲੱਗਦੀਆਂ ਨੇ ਜੀ ਜਦੋਂ, ਚਾਹੇ ਅਸੀਂ ਸਮੀਪ ਕੰਗ ਜੀ ਦੀ ਡਾਇਰੈਕਸ਼ਨ ਹੇਠ ਕੰਮ ਕਰੀਏ, ਚਾਹੇ ਸਤਿੰਦਰ ਜੀ ਦੀ ਡਾਇਰੈਕਸ਼ਨ ਹੇਠ ਕੰਮ ਕਰੀਏ, ਜਿਨ੍ਹਾਂ ਨਾਲ ਵੀ ਪਿਆਰ ਨਾਲ ਕੰਮ ਕਰੀਦਾ, ਉੱਥੇ ਰੌਣਕਾਂ ਵੱਧ ਲੱਗਦੀਆਂ ਨੇ, ਕੰਮ ਘੱਟ ਹੁੰਦਾ। ਫੇ ਦਿਨ ਜ਼ਿਆਦਾ ਨਹੀਂ ਹੋ ਜਾਂਦੇ, ਉਹ ਕਹਿੰਦੇ ਕਿ ਇੰਨਾ ਟਾਈਮ ਲਿਆ ਸੀ। ਉਹ ਤਾਂ ਜਿਹੜੇ ਪ੍ਰੋਡਿਊਸਰ ਹੁੰਦੇ ਆ ਤਾਂ ਤੇ ਗੋਡਾ ਧਰੀ ਬੈਠੇ ਹੁੰਦੇ ਨਾ ਵੀ ਇੰਨੇ ਦਿਨਾਂ ਦੇ ਵਿੱਚ ਪਿਕਚਰ ਕੰਪਲੀਟ ਕਰਨੀ ਹੈ, ਉਹ ਤਾਂ ਕਰਨੀ ਪੈਂਦੀ ਹੈ ਜੀ। ਉਹਨਾਂ ਨੇ ਪਤਾ ਕਿ ਭੱਲਾ ਸਾਹਿਬ ਨੇ ਟੇਕ ਥੋੜੀ ਲੈਣੇ ਆ, ਫਟਾਫਟ ਐਂ ਕਰ ਦੇਣਾ, ਤੇ ਡਾਇਲੌਗ ਜੇ ਬਾਈ ਚਾਂਸ ਅੱਧਾ ਰਹਿ ਵੀ ਗਿਆ ਤਾਂ ਅੱਧਾ ਤੋਂ ਵੱਧ ਉਹਨਾਂ ਨੇ ਆਪ ਜੋੜ ਲੈਣਾ ਤੇ ਉਹ ਇੰਨਾ ਵਧੀਆ ਬਣਾ ਦੇਣਾ। ਮੰਨਦੇ ਹੋ ਕਿ ਨਹੀਂ ਇਸ ਗੱਲ ਨੂੰ? ਇਹ ਤਾਂ ਦੇਖੋ ਹੈ ਹੀ ਹੈ ਜੀ, ਕਿਉਂਕਿ ਕਿਉਂਕਿ ਜੇ ਜਦੋਂ ਤੁਸੀਂ ਕੋਈ ਵੀ ਫਿਲਮ ਇੱਦਾਂ ਦੀ ਬਣਾਉਂਦੇ ਹੋ ਜਿਹੜੀ ਇੱਕ ਨੈਚੁਰਲ ਤਰੀਕੇ ਨਾਲ, ਤਾਂ ਹੀ ਲੋਕ ਪਸੰਦ ਕਰਦੇ ਨੇ ਨਾ ਵੀ ਜਦੋਂ ਤੁਸੀਂ ਕਹਿੰਦੇ ਵੀ ਇੱਕ ਇਹ ਨੈਚੁਰਲ ਕਲਾਕਾਰ ਹੈਗਾ, ਤਾਂ ਉਹ ਜਿਹੜੀ ਇੰਪਰੋਵਾਈਜੇਸ਼ਨ ਸੈੱਟ 'ਤੇ ਹੁੰਦੀ ਆ ਉਹੀ ਚੀਜ਼ ਹੀ ਬਣਾਉਂਦੀ ਆ ਉਸ ਚੀਜ਼ਾਂ ਨੂੰ। ਸੋ ਇਹ ਤਾਂ ਕਿੰਨੀ ਵਾਰ ਕੀਤੀ ਇੰਪਰੋਵਾਈਜੇਸ਼ਨ? ਇੰਪਰੋਵਾਈਜੇਸ਼ਨ ਬਹੁਤ ਹੁੰਦੀਆਂ ਜੀ, ਮਤਲਬ ਡਿਪੈਂਡ ਕਰਦਾ ਹੁੰਦਾ ਕਿ ਡਾਇਰੈਕਟਰ ਸਾਹਿਬ 'ਤੇ ਵੀ ਡਿਪੈਂਡ ਕਰਦਾ ਹੁੰਦਾ, ਕਈ ਵਾਰੀ ਕੋਈ ਡਾਇਰੈਕਟਰ ਸਾਹਿਬ ਕਿੱਦਾਂ ਦੇ ਹੁੰਦੇ ਨੇ ਨਹੀਂ ਕਰਨ ਦਿੰਦੇ, ਪਰ ਇਸ ਕਰਨ ਦੇ ਦਿੰਦੇ ਕਿ ਡਾਇਰੈਕਟਰ ਨਾਲ ਬੈਠੇ ਹੁੰਦੇ ਆ ਨਾ। ਹਾਂ ਉਹ ਕਹਿੰਦੇ ਨਹੀਂ, ਡਾਇਲੌਗ ਰਾਈਟਰਸ। ਅੱਛਾ, ਹਾਂ, ਤੇ ਜਿਵੇਂ ਭਿੰਦੀ ਬਾਜੀ ਹੋਈ ਹੁਣ ਉਹ ਤਾਂ ਮੰਨ ਜਾਂਦੇ ਆਪਣੇ ਬੰਦੇ, ਮੰਨ ਜਾਂਦੇ ਆ ਆਪਣੇ ਬੰਦੇ, ਮੰਨ ਜਾਂਦੇ ਇਹ ਹੁੰਦਾ ਵੀ ਆਪਣੇ ਬੰਦੇ ਨੇ ਜੋ ਕੁਝ ਕਰਨਾ ਹੁੰਦਾ ਬੈਟਰਮੈਂਟ ਆਫ ਦਾ ਫਿਲਮ ਦਾਇਰੇ ਚ ਰਹਿ ਕੇ, ਦਾਇਰੇ ਚ ਰਹਿ ਕੇ ਵੀ ਅਸੀਂ ਸਟੋਰੀ ਲਾਈਨ ਤੋਂ ਅਵੇ ਨਾ ਜਾਈਏ। ਜੋ ਤੁਹਾਡੀ ਸਟੋਰੀ ਲਾਈਨ ਆ ਉਹਦੇ ਇਰਦ ਗਿਰਦ ਘੁੰਮੀਏ, ਪੰਚ ਜਿੰਨੇ ਮਰਜ਼ੀ ਪਾਈ ਚਲੋ, ਪਰ ਨਾਲ ਨਾਲ ਜਿਹੜੀ ਸਟੋਰੀ ਆ ਉਹ ਤੁਹਾਡੀ ਅੱਗੇ ਮੂਵ ਹੋਣੀ ਚਾਹੀਦੀ ਹੈ ਜੀ। ਅੱਛਾ ਭੱਲਾ ਸਾਹਿਬ, ਮੈਨੂੰ ਇਹ ਦੱਸੋ ਕਿ ਸਾਰਿਆਂ ਨੂੰ ਦਵਾਈਆਂ ਦੇਤੀਆਂ, ਲੰਬੇ ਕਰਤਾ, ਹੈ ਨਾ, ਇੱਧਰ ਆਪਣੇ ਘਰ ਵੱਲ ਧਿਆਨ ਨਹੀਂ ਮਾਰਿਆ ਤੁਸੀਂ? ਪੁੱਛਿਆ ਸੀ, ਮੇਰੀ ਕੁੜਮਣੀ ਨਾਲ ਗੱਲ ਹੋਈ, ਹਾਂ, ਆਪਣੇ ਹਸ਼ਨੀਨ ਦੀ ਮੰਮੀ ਨਾਲ, ਹਾਂ, ਮੈਂ ਉਹਨਾਂ ਨੂੰ ਪੁੱਛਿਆ, ਅਨੀਤਾ ਦੇਵਗਨ ਜੀ ਨਾਲ, ਅਨੀਤਾ ਦੇਵਗਨ ਜੀ ਨਾਲ, ਤੇ ਮੈਂ ਉਹਨਾਂ ਨੂੰ ਕਿਹਾ, ਕਹਿੰਦੇ ਕੌਣ ਬੋਲਦਾ? ਹਾਂ, ਮੈਂ ਕਿਹਾ ਖਾਨਦਾਨੀ ਸ਼ਾਹੀ ਬੈਦ ਬੂਟਾ ਸਿੰਘ ਚਹਿਲ ਅਰਜ਼ ਕਰ ਰਿਹਾ। ਕੀ ਬਾਤ ਹੈ ਕੁੜਮਣੀ ਸਾਹਿਬਾਂ, ਕਹਿੰਦੀ ਕੁੜਮਣੀ ਕਹਿਣ ਦਾ ਹੱਕ ਤੈਨੂੰ ਉਦੋਂ ਹੋਊਗਾ ਜਦੋਂ ਮੇਰੀ 6 ਫੁੱਟੀ ਧੀ ਲਈ ਕੋਈ ਲੰਮਾ ਲੰਜਾ ਮੁੰਡਾ ਜੰਮੇਗਾ। ਮੈਂ ਕਿਹਾ ਜਿਹੜਾ ਨਿੱਕਾ ਜੰਮਿਆ ਹੋਇਆ ਇਹਦੇ 'ਚ ਕੀ ਕਮੀ ਆ? ਕਹਿੰਦੀ ਕਮੀ ਇਹਦੇ 'ਚ ਵਾਧਾ ਕੀ ਆ? ਕਹਿੰਦੀ ਵਾਧਾ ਤਾਂ ਹੈ ਨਹੀਂ, ਅਤੇ ਗਿੱਠ ਮੁੱਠੀਏ ਜੇ ਨੇ ਮੇਰੀ ਧੀ ਨਾਲ ਸੁਪਨੇ ਗੁੰਦੇ ਆ। ਫਿਰ ਮੈਂ ਕਿਹਾ ਭੈਣ ਜੀ ਜਿਹਨੂੰ ਗਿੱਠ ਮੁੱਠੀਆ ਦੱਸਦੇ ਹੋ ਨਾ, ਹੱਕ ਹਲਾਲ ਦੇ ਐਡੇ ਕੇ ਹੁੰਦੇ ਆ। ਕੋਰਾ ਜਵਾਬ ਦੇਣਾ। ਮੈਨੂੰ ਵੀ ਹੁਣ ਹੌਸਲਾ ਮਿਲ ਗਿਆ, ਪਤਾ ਮੈਂ ਵੀ ਕਹਿ ਸਕਦੀ ਹਾਂ, ਮੈਨੂੰ ਵੀ ਸਾਰੇ ਕਹਿੰਦੇ ਰਹਿੰਦੇ ਆ। ਤੁਹਾਨੂੰ ਵੀ ਕਹਿੰਦੇ ਰਹਿੰਦੇ? ਹਾਂ ਮੈਨੂੰ ਵੀ ਕਹਿੰਦੇ ਰਹਿੰਦੇ ਆ। ਬਸ ਦੋ ਰੱਟੇ ਲਾ ਲਓ ਹੱਕ ਹਲਾਲ, ਹੋਰ ਨਾ ਕੋਈ ਜਾ ਕੇ ਕਹਿ ਦਿਓ ਕਿਤੇ ਹੋਰ। ਨਹੀਂ ਨਹੀਂ
ਨਹੀਂ ਨਹੀਂ ਜਿਹੜੇ ਮੈਨੂੰ ਬੋਲਦੇ ਨੇ ਨਾ, ਮੈਨੂੰ ਕਹਿੰਦੇ ਨੇ ਇੰਨਾ ਛੋਟਾ ਕੱਦ ਮਰਜੀ ਲੰਬੀ ਹੋ ਜਾਂਦੀ, ਮੁੰਡਾ ਤੈਨੂੰ ਚੰਗਾ ਮਿਲ ਜਾਂਦਾ, ਹੈਨਾ ਸਾਰੇ ਇਦਾਂ ਕਹਿੰਦੇ ਨੇ ਰਿਸ਼ਤੇਦਾਰੀ ਚ, ਛੋਟਾ ਮੁੰਡਾ ਤੈਨੂੰ ਕਿੱਥੇ ਮਿਲਣਾ, ਸਰੀਰ ਤਾਂ ਹਾਈਟ ਵੀ ਛੋਟੀ ਆ, ਆਹੀ ਚੀਜ਼ਾਂ ਕਹਿੰਦੇ ਨੇ। ਦੇਖੋ ਜੀ ਕਿੰਨੀਆਂ ਐਗਜ਼ਾਮਪਲਸ ਨੇ ਸਾਡੇ ਬਾਲੀਵੁੱਡ ਦੇ ਵਿੱਚ ਜੀ, ਜਿਨ੍ਹਾਂ ਦੀ ਹਾਈਟ ਛੋਟੀ ਆ, ਕਿਰਦਾਰ ਕਿੱਡਾ ਕਿਰਦਾਰ ਐਡੇ ਉੱਚੇ ਨੇ ਉਹਨਾਂ ਦੇ, ਕਿੰਨੀਆਂ ਸੋਹਣੀਆਂ ਸੋਹਣੀਆਂ ਪਰਫਾਰਮੈਂਸਿਸ ਕੀਤੀਆਂ ਨੇ ਉਹਨਾਂ ਨੇ। ਸਾਡੇ ਕੋਲ ਇੱਕ ਐਗਜ਼ਾਮਪਲ ਸਾਡੇ ਪੰਜਾਬ ਤੋਂ ਗਈ ਸਾਡੀ ਪੰਜਾਬ ਦੀ ਧੀ ਦਿਵਿਆ ਦੱਤਾ, ਦੇਖੋ ਕਿੱਡਾ ਨਾਂ ਖੱਟਿਆ ਉਹਨੇ, ਹਾਈਟ ਚਾਹੇ ਛੋਟੀ ਆ ਪਰ ਬਰਾਬਰ ਭਿੜਦੀ ਆ ਜਾ ਕੇ ਲੰਮੀ। ਬਿਲਕੁਲ ਜੀ ਬਿਲਕੁਲ, ਅਦਾਕਾਰੀ ਬੋਲਦੀ ਆ, ਹਨਾ ਬਿਲਕੁਲ। ਮਾਹੀ ਮੇਰਾ ਨਿੱਕਾ ਜਿਹਾ ਮੂਵੀ ਜਲਦ ਰਿਲੀਜ਼ ਹੋ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ, ਸਭ ਨੇ ਜਾਣੀਆਂ ਦੇਖਣ, ਠੀਕ ਹੈ ਜੀ 3 ਜੂਨ ਨੂੰ। ਇਹ ਸੁਣ ਕੇ ਨਾ ਤਾਂ ਲੱਗਦਾ ਮਾਹੀ ਮੇਰਾ ਨਿੱਕਾ ਜਿਹਾ, ਹਨਾ, ਜਦੋਂ ਪਹਿਲੀ ਵਾਰ ਸੁਣਿਆ ਤੁਹਾਡੇ ਦਿਮਾਗ 'ਚ ਕੀ ਆਇਆ? ਮੈਨੂੰ ਤਾਂ ਟਾਈਟਲ ਹੀ ਇੰਨਾ ਅੱਛਾ ਲੱਗਿਆ ਜਦੋਂ ਮੇਰੇ ਨਾਲ ਡਿਸਕਸ ਕੀਤਾ ਸਤਿੰਦਰ ਦੇਵ ਜੀ ਨੇ ਜੀ, ਕਿ ਭਾਅ ਜੀ ਇੱਕ ਫਿਲਮ ਕਰ ਰਹੇ ਹਾਂ ਪੁਖਰਾਜ ਨੂੰ ਲੈ ਕੇ, ਮੈਂ ਕਿਹਾ ਜੀ ਬਹੁਤ ਵਧੀਆ, ਅਤੇ ਮੈਂ ਕਿਹਾ ਰਾਈਟਰ ਕੌਣ ਨੇ? ਫਿਰ ਉਹਨਾਂ ਨੇ ਦੱਸੇ ਫਲਾਨੇ ਦੇ ਡਾਇਲਾਗ ਨੇ, ਟਾਈਟਲ ਸੌਂਗ ਮੈਨੂੰ ਬੋਲ ਕੇ ਸੁਣਾਇਆ। ਮੈਨੂੰ ਸਭ ਤੋਂ ਪਹਿਲਾਂ ਟਾਈਟਲ ਸੌਂਗ ਹੀ ਅੱਛਾ ਲੱਗਿਆ ਉਹਦਾ, ਮਾਹੀ ਮੇਰਾ ਨਿੱਕਾ ਜਿਹਾ ਦਾ, ਮੈਂ ਕਿਹਾ ਭਾਅ ਜੀ ਮਸਟ ਡੂ ਦਿਸ ਫਿਲਮ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਆਇਆ ਕਿ ਭਾਅ ਜੀ ਜੇ ਪਿਓ ਦਾ ਰੋਲ ਕਰਦੇ ਹੋ ਮਾੜਾ ਜਿਹਾ, ਮੈਂ ਕਿਹਾ ਕਰਾ ਲਓ ਭਾਈ, ਭਰਾਵਾ ਮਿੰਤ ਵਾਲੀ ਗੱਲ ਆ ਕਰਦੇ, ਮੈਂ ਕਿਹਾ ਫਿਰ ਮੈਂ ਤਾਂ ਬਹੁਤ ਦੇਰ ਤੱਕ ਕਰੀ ਬੈਠਾ ਪਿਓ ਵਾਲਾ ਰੋਲ, ਨੂੰ ਤੁਸੀਂ ਦੁਬਾਰਾ ਕਰਾ ਲਓ। ਟਾਈਟਲ ਸੌਂਗ ਦੀ ਗੱਲ ਕੀਤੀ ਆ, ਫਿਰ ਟਾਈਟਲ ਸੌਂਗ ਸੁਣ ਲਈ ਤੇ ਸੁਣਾ ਦੇ? ਅੱਛਾ ਅੱਛਾ, ਚਲੋ ਸੁਣਦੇ ਆ ਫਿਰ ਆਪਾਂ ਜੀ। ਟਾਈਟਲ ਟਰੈਕ ਤਾਂ ਆਪਾਂ ਸੁਣ ਲਿਆ, ਬਹੁਤ ਹੀ ਪਿਆਰਾ, ਹੈ ਨਾ, ਜਿਹਦੇ ਕਰਕੇ ਤੁਸੀਂ ਹਾਂ ਕੀਤੀ ਸੀ, ਹੈ ਨਾ ਜੀ। ਅੱਛਾ ਫਿਰ ਕੈਨੇਡਾ ਭੇਜਣ ਦਾ ਸੋਚ ਲਿਆ, ਬੋਰਡਿੰਗ ਪਾਸ ਦੇਣਾ ਕਿੱਦਾਂ, ਕਿ ਇਰਾਦਾ ਬਣ ਗਿਆ ਪੱਕਾ ਕਿ ਨਹੀਂ? ਦੇਖੋ ਹੁਣ ਜੀ, ਪਹਿਲਾਂ ਤਾਂ ਮਾਂ ਨੇ ਹੀ ਤਿਆਰ ਕਰਤੀ ਸੀ ਚੁੰਨੀ ਤੋਂ ਪੈਸੇ ਕੱਢ ਕੇ, ਵੀ ਆ ਲੈ ਲਾ ਪੁੱਤ ਜਾਇਆ ਕੈਨੇਡਾ। ਫਿਰ ਮੈਂ ਦੱਸਿਆ ਵੀ ਇਹਦੇ ਨਾਲ ਤਾਂ ਚੁੰਨੀ ਨਹੀਂ ਟੱਪਣੀ, ਇਹਦੇ ਨਾਲ ਪੈਸੇ ਦੇਣ ਲੱਗੇ, ਫਿਰ ਧਮਕੀ ਦੇਣੀ ਪਈ ਥੋੜ੍ਹੀ ਜਿਹੀ ਬੋਰਡਿੰਗ ਪਾਸ ਦੇ। ਫਿਰ ਅਗਲਾ ਸ਼ਾਟ ਤੁਹਾਨੂੰ ਫਿਲਮ ਵਿੱਚ ਦੇਖਣ ਨੂੰ ਮਿਲੂਗਾ, ਜਦੋਂ ਮੈਂ ਕਿਹਾ ਨਾ ਵੀ ਆ ਬੇਟੇ ਬੋਰਡਿੰਗ ਪਾਸ ਤਾਂ ਲੈ ਜਾ, ਅਗਲੇ ਸ਼ਾਟ ਦੇ ਵਿੱਚ ਫਿਰ ਮੇਰਾ ਸ਼ਾਹੀ ਦਵਾਖਾਨਾ ਘਰ ਹੀ ਖੋਲਿਆ ਹੁੰਦਾ ਵਾ, ਫਿਰ ਬੈਠਾ ਐ ਵਿਚਾਰਾ ਬੂਟੀਆਂ ਕੁੱਟਦਾ ਡੈਡੀ ਨੂੰ, ਬਸ ਬਸ ਇਹ ਤੋਂ ਬਾਅਦ ਨਹੀਂ ਹੋਰ, ਇਹ ਤੋਂ ਬਾਅਦ ਨਹੀਂ ਹੋਰ ਹੋਰ ਨਹੀਂ। ਬੋਰਡਿੰਗ ਪਾਸ ਵੈਸੇ ਕਿੰਨੇ ਕੁ ਵੰਡੇ ਨੇ? ਬੋਰਡਿੰਗ ਪਾਸ ਫਿਲਮ ਦੇ ਵਿੱਚ ਤਾਂ ਇੱਕ ਹੀ ਵੰਡਿਆ, ਇੱਕ ਹੀ ਵੰਡਿਆ। ਅੱਛਾ, ਅਸਲ ਚ ਤਾਂ ਨਹੀਂ ਵੰਡਿਆ ਮਨ ਕੀ ਕਦੇ? ਅਸਲ ਚ ਮੈਨੂੰ ਲੱਗਦਾ ਨਹੀਂ ਜੀ, ਬਹੁਤ ਘੱਟ ਕਦੇ ਮਾੜੀ ਮੋਟੀ, ਕਦੇ ਛੋਟੇ ਹੁੰਦੇ ਪਰ ਬਹੁਤ ਹੀ ਨਹੀਂ, ਬਹੁਤ ਹੀ ਨਹੀਂ। ਅੱਛਾ, ਡਰਾ ਕੇ ਰੱਖਿਆ ਤੁਸੀਂ ਪੁਖਰਾਜ ਨੂੰ? ਨਹੀਂ, ਇੱਕ ਵਾਰੀ ਇਹਦੇ ਮੈਨੂੰ ਹੋਇਆ ਸੀ, ਮੈਂ ਨਾ ਆਪਣੇ ਨਿਗਾਹ ਮੇਰੀ ਥੋੜ੍ਹੀ ਜਿਹੀ ਨਜ਼ਦੀਕ ਦੀ ਕਮਜ਼ੋਰ ਹੋਈ, ਤਾਂ ਮੈਂ ਡਾਕਟਰ ਕੋਲੋਂ ਨੰਬਰ ਚੈੱਕ ਕਰਾਇਆ, ਨੰਬਰ ਚੈੱਕ ਕਰਾ ਕੇ ਅਤੇ ਲੁਧਿਆਣੇ ਬਾਜ਼ਾਰ 'ਚੋਂ ਮੈਂ ਇਹ ਗੱਲ ਹੈਗੀ ਆ, ਮੈਂ ਕਿਹਾ ਕੋਈ 2000 ਦੇ ਲਾਗੇ ਦੀ ਗੱਲ ਹੋਣੀ ਆ ਜਾਂ 99 ਦੀ, ਅਤੇ ਮੈਂ ਐਨਕ ਬਣਵਾਈ ਕਲਕੱਤੇ ਤੋਂ, ਮੇਰੀ ਐਨਕ ਬਣ ਕੇ ਆਈ, ਪੈਸਾ ਵੀ ਮੈਂ 2500 ਖਰਚਿਆ, ਔਰ 2500 ਉਸ ਵੇਲੇ ਬਹੁਤ ਹੁੰਦਾ ਸੀਗਾ, ਤਨਖਾਹ ਵੀ ਕਿੰਨੀ ਕੁ ਹੁੰਦੀ ਸੀ, ਤੇ ਮੈਨੂੰ ਚਾਹ ਵੀ ਜਿੱਥੇ ਨਹੀਂ ਵੀ ਲਾਉਣੀ ਉੱਥੇ ਵੀ ਲਾ ਕੇ ਬਹਿ ਜਾਂਦਾ ਸੀ ਵੀ ਨਵੀਂ ਐਨਕ ਹੈ। ਅੱਛਾ, ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਮੈਂ ਫਿਲਮ ਆਪਣੀ ਛਣਕਾਟਾ ਰਿਲੀਜ਼ ਕਰਨਾ ਹੁੰਦਾ ਸੀ, ਫਿਰ 2 ਮਹੀਨੇ ਪਹਿਲਾਂ ਮੈਂ ਬੈਠ ਕੇ, 3 ਮਹੀਨੇ ਪਹਿਲਾਂ ਮੈਂ ਸਕ੍ਰਿਪਟ ਲਿਖਣੀ ਸ਼ੁਰੂ ਕਰ ਦਿੰਦਾ ਸੀਗਾ, ਬੱਚੇ ਮੇਰੀ ਬੇਟੀ ਮੇਰਾ ਬੇਟਾ ਮੈਨੂੰ ਫਿਰ ਇਹ ਕੰਪੈਲ ਕਰਦੇ ਹੁੰਦੇ ਸੀ, ਡੈਡੀ ਕਾਲ ਨਾ ਕਰੋ, ਜਲਦੀ ਕਰੋ, ਸਕ੍ਰਿਪਟ ਲਿਖੋ, ਸਕ੍ਰਿਪਟ ਲਿਖੋ ਛਣਕਾਟੇ ਦੀ। ਮੈਂ ਸਕ੍ਰਿਪਟ ਲਿਖਣ ਲਈ ਇਹਨੂੰ ਚਾਬੀ ਫੜਾਈ ਕਾਰ ਦੀ, ਮੈਂ ਕਿਹਾ ਮੈਂ ਐਨਕ ਲੈ ਕੇ ਆਇਆ, ਮੈਂ ਨਵੀਂ ਕਾਰ 'ਚ ਪਈ ਆ, ਚੱਕ ਕੇ ਲੈ ਕੇ ਆਇਆ ਵੀ ਲਿਖੀਏ ਵੀ ਹੁਣ ਐਨਕ ਲਾ ਕੇ, ਅਤੇ ਜਦੋਂ ਫਿਰ ਇਹ ਆਇਆ, ਹੁਣ ਸ਼ਰਾਰਤੀ ਸੀਗਾ ਥੋੜ੍ਹਾ ਜਿਹਾ, ਅਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਇਹਨੇ ਐਨਕ ਨਾਲ ਕੀ ਕੀਤਾ, ਰਾਹ 'ਚ ਕਵਰ ਖੋਲਿਆ, ਇਹਨੂੰ ਐਂ ਘੁਮਾਉਂਦਾ ਆਇਆ, ਕੰਧ 'ਚ ਵੱਜੀ, ਪਤਾ ਨਹੀਂ ਕੀ ਵੱਜੀ, ਲਿਆ ਕੇ 2 ਇਸੇ ਕਰਕੇ ਪੜਾਉਂਦਾ ਮੈਨੂੰ, ਜਦੋਂ ਇਹ ਬੈਠਾ, ਇਹਨੂੰ ਪਤਾ ਸੀ ਮੇਰਾ ਕਸੂਰ ਆ, ਬੋਲਿਆ ਨੀ, ਮੋਟੇ ਮੋਟੇ ਹੰਝੂ ਇਹਦੀਆਂ ਗੱਲਾਂ ਤੇ ਆ ਗਏ, ਤੇ ਮੈਂ ਫਿਰ ਆਪਣੇ ਆਪ ਨੂੰ ਬਹੁਤ ਕੋਸਿਆ ਵੀ, ਮਨਾ ਇੱਕ ਪਰਮਾਤਮਾ ਨੇ ਬੇਟਾ ਦਿੱਤਾ ਤੈਨੂੰ, ਵੀ ਤੂੰ 2500 ਪਿੱਛੇ ਕੁੱਟ ਕੇ ਧਰਤਾ, ਹੈ ਇਹ ਤੂੰ ਕੀ ਕੀਤਾ? ਅਤੇ ਫਿਰ ਮੈਂ ਉਹਨੂੰ ਰਾਤ ਨੂੰ ਬੁਲਾਇਆ, ਜੱਫੀ ਪਾਈ, ਪਿਆਰ ਕੀਤਾ, ਦੈਟ ਵਾਜ਼ ਦਾ ਲਾਸਟ ਡੇ, ਵੀ 5-6 ਸਾਲ ਦਾ ਸੀ ਜਦੋਂ ਮੈਂ ਮਾਰਿਆ, ਉਦੋਂ ਬਾਅਦ ਨਹੀਂ ਮਾਰਿਆ, ਉਦੋਂ ਬਾਅਦ ਆਪ 'ਚ ਤਾਂ ਆਪਣੇ ਆਪ 'ਚ ਤਾਂ ਬਥੇਰੀ ਜਿਹੀ ਕੁੜੀ ਚਾਹੀਦਾ ਵੀ ਸਾਡੇ ਕੀ ਕੀਤਾ, ਇਹ ਕੀਤਾ, ਇਹਨੂੰ ਕਦੇ ਕੁਛ ਨਹੀਂ ਕਿਹਾ, ਹੁਣ ਬਸ ਜੀ ਨੋਟ ਕੀ ਕਹਿੰਦੇ ਨੇ, ਬਣਾਇਆ ਤੇ ਗਿਆ ਮੁੰਡਾ, ਵਿਆਹ ਤੇ ਗਿਆ ਹੁਣ ਕਦੀ। ਸਹੀ ਆ ਜੀ। ਅੱਛਾ,
ਥੋੜੇ ਟਾਈਮ ਪਹਿਲਾਂ ਹੈ ਨਾ ਪਿਓ ਪੁੱਤ ਦੀ ਕਿ ਮੂਵੀ ਆਈ ਸੀ ਮੈਂ ਤੇ ਮੇਰਾ ਬਾਪੂ ਹੈ ਨਾ ਪਰਮੇਸ਼ਵਰ ਉਹਨਾਂ ਦੀ ਤੇ ਹੁਣ ਤੁਹਾਡੀ ਆ ਰਹੀ ਹੈ ਨਾ ਇਟਸ ਲਾਈਕ ਅ ਟ੍ਰੈਂਡ ਜਾਂ ਫਿਰ ਇੱਦਾਂ ਹੁੰਦਾ ਕਿ ਪੁਖਰਾਜ ਨੂੰ ਨਹੀਂ ਮੇਰੇ ਤੋਂ ਕੁਝ ਗਲਤੀ ਨਾ ਹੋਵੇ ਮੈਂ ਆਪਣੇ ਪਾਪਾ ਨੂੰ ਮੂਵੀ 'ਚ ਲੈਣਾ ਜਾਂ ਤੁਹਾਨੂੰ ਡਰ ਲੱਗਦਾ ਕਿ ਪੁਖਰਾਜ ਕਿਤੇ ਗਲਤੀ ਨਾ ਕਰਦੇ ਮੈਂ ਇਹਦੀ ਮੂਵੀ 'ਚ ਕੰਮ ਕਰਨਾ ਹੀ ਕਰਨਾ ਨਹੀਂ ਇਹ ਪਹਿਲਾਂ ਮੇਰੇ ਛੁਣਕਾਟਿਆਂ 'ਚ ਕੰਮ ਕਰਦੇ ਹੁੰਦੇ ਸੀ ਬਤੌਰ ਸੂਤਰਧਾਰ ਬੱਚੇ ਬਾਲਮਕਰਨ ਸ਼ਰਮਾ ਜੀ ਦੇ ਬੱਚੇ ਮੇਰੇ ਬੱਚੇ ਨਿੱਕੇ ਨਿੱਕੇ ਹੁੰਦੇ ਸੀ ਭੰਗੜੇ ਵਾਲੀਆਂ ਵਰਦੀਆਂ ਪਾ ਕੇ ਹੋਰ ਪਾ ਕੇ ਡਾਂਸ ਕਰਦੇ ਹੁੰਦੇ ਸੀ ਛੁਣਕਾਟੇ ਦੇ ਮੂਹਰੇ ਮੂਹਰੇ ਉਦੋਂ ਤੋਂ ਇਹਨਾਂ ਨੂੰ ਪ੍ਰੇਰਨਾ ਮਿਲੀ ਹੈ ਫਿਰ ਫਿਲਮ ਆਈ ਇਹਦੀ ਸਭ ਤੋਂ ਪਹਿਲੀ ਸਟੂਪਿਡ 7 ਪਾਲੀ ਭੁਪਿੰਦਰ ਜੀ ਨੇ ਕੀਤੀ ਉਹਦੇ 'ਚ ਮੈਂ ਇਹਦੇ ਨਾਲ ਦਾ ਜਿਹੜਾ ਦੋਸਤ ਸੀ ਮੁੰਡਾ ਉਹਦਾ ਦਾਦਾ ਬਣਿਆ ਇਹ ਇੱਕੋ ਜਿਹੇ ਬੱਚੇ ਬਣੇ 7 ਸਟੂਪਿਡ ਸੀ ਜਿਹੜੇ ਸਕੂਲ ਦੇ ਵਿੱਚ ਉਹ ਫਿਲਮ ਬੜੀ ਅੱਛੀ ਯਾਨੀ ਮੈਸੇਜ ਵਾਲੀ ਫਿਲਮ ਸੀਗੀ ਫਿਰ ਇੱਕ ਫਿਲਮ ਬਣੀ ਉਹਦੇ 'ਚ ਮੇਰਾ ਬੇਟਾ ਬਣਿਆ ਆਰ ਐੱਸ ਬੀ ਪੀ ਰੋਂਦੇ ਸਾਰੇ ਵਿਆਹ ਪਿੱਛੋਂ ਅਤੇ ਆਪਣੇ ਬਾਜਵਾ ਜੀ ਉਹਦਾ ਬ੍ਰਦਰ ਬਣਿਆ ਇਹ ਨੀਰੂ ਜੀ ਦਾ ਫਿਰ ਫਿਲਮ ਆਈ ਸਾਡੀ ਹੁਣ ਜਾ ਕੇ ਜਿੰਨੇ ਜੰਮੇ ਸਾਰੇ ਨਿਕੰਮੇ ਉਹਦੇ 'ਚ 4 ਨਿਕੰਮੇ ਸੀ ਮੇਰੇ ਪਹਿਲਾਂ ਬਿੰਨੂ ਦੂਜਾ ਸੀਗਾ ਲੜਕਾ ਦਿੱਲੀ ਮਨਿੰਦਰ ਬੰਬੇ ਤੋਂ ਤੀਜਾ ਇਹ ਸੀ ਚੌਥਾ ਕਰਮਜੀਤ ਅਨਮੋਲ ਜੀ ਦਾ ਬੇਟਾ ਅਰਮਾਨ ਇਹ 4 ਐਸੇ ਨਲਾਇਕ ਜੰਮੇ ਹੋਏ ਸੀ ਮੇਰੇ ਕੋਲ ਵੀ ਕੋਈ ਕੰਮ ਨਹੀਂ ਕਰਦੇ ਸੀ ਮੇਰਾ ਦੁਖੀ ਕੀਤਾ ਹੋਇਆ ਸੀ ਇਹਨਾਂ ਨੇ ਮੇਰਾ ਔਰ ਬੜੀ ਪਿਆਰੀ ਮੂਵੀ ਸੀ ਉਹ ਜਿੰਨੇ ਜੰਮੇ ਸਾਰੇ ਨਿਕੰਮੇ ਬਹੁਤ ਪਿਆਰਾ ਮੈਸੇਜ ਸੀ ਵੀ ਜਿਹੜੇ ਬੱਚੇ ਆਪਣੇ ਮਾਂ ਬਾਪ ਨੂੰ ਟਾਈਮ ਨਹੀਂ ਦਿੰਦੇ ਕਦਰ ਕਰਦੇ ਆ ਪਰ ਟਾਈਮ ਨਹੀਂ ਦਿੰਦੇ ਉਹਨਾਂ ਕੋਲ ਬੈਠਣ ਦਾ ਉਹ ਇੰਨੇ ਦੁਖੀ ਹੋ ਜਾਂਦੇ ਆ ਕਿ ਅਖੀਰ ਨੂੰ ਬਸ ਉਹ ਪਲਾਨ ਕਰਦੇ ਆ ਕਿ ਅਸੀਂ ਜਿੰਨੀ ਕੁ ਸਾਡੀ ਜ਼ਿੰਦਗੀ ਰਹਿ ਗਈ ਹੁਣ 14-15 ਕੁ ਸਾਲ ਪਰਮਾਤਮਾ ਦਊਗਾ ਆਈਡੀਆ 'ਚ ਲਾ ਲੈਂਦੇ ਹਾਂ ਨਾ ਵੀ ਐਵਰੇਜ ਏਜ ਇੰਨੀ ਆ ਵੀ ਅਸੀਂ ਹੁਣ ਐਂ ਕਰਦੇ ਹਾਂ ਵੀ ਇੱਕ ਨਵਾਂ ਬੱਚਾ ਪਲਾਨ ਕਰਦੇ ਹਾਂ ਉਹਨਾਂ 'ਚ ਸਾਡੇ ਹਿੱਕ ਨਾਲ ਲੱਗ ਕੇ ਰਹੂਗਾ ਸਾਨੂੰ ਉਹ ਤੋਂ ਪਿਆਰ ਮਿਲੂਗਾ ਬਿਲਕੁਲ ਜੀ ਫਿਰ ਇਹਨਾਂ ਨੂੰ ਸੁਰਤ ਆਉਂਦੀ ਆ ਵੀ ਬਾਪੂ ਬੇਬੇ ਤਾਂ ਹੋਰ ਹੀ ਪਲਾਨਿੰਗਾਂ ਉਹ ਕਰੀ ਫਿਰਦੇ ਆ ਫਿਰ ਆ ਕੇ ਘਰ ਬਹਿ ਜਾਂਦੇ ਆ 4 ਜਣੇ ਬਈ ਫਿਰ ਦਾਦਾ ਵੀ ਹੈ ਬਾਪੂ ਬੇਬੇ ਇਕੱਠੇ ਨਹੀਂ ਹੋਣ ਦੇਣ ਪੂਰਾ ਜ਼ੋਰ ਲਾ ਲੈਂਦੇ ਫਿਰਦਾ ਹੈ ਸੋ ਬਹੁਤ ਪਿਆਰੇ ਮੈਸੇਜ ਵਾਲੀ ਮੂਵੀ ਸੀ ਸਾਨੂੰ ਦੁੱਖ ਸਿਰਫ ਇਸ ਗੱਲ ਦਾ ਸੀ ਕਿ ਉਹ ਫਿਲਮ ਥੀਏਟਰ 'ਚ ਨਹੀਂ ਲੱਗੀ ਸਿਰਫ ਉਹ ਫਿਲਮ OTT ਪਲੇਟਫਾਰਮ ਤੇ ਆਈ ਆ ਉੱਤੇ ਬਹੁਤ ਹਿੱਟ ਹੋਈ ਆ ਜੀ ਬਿਲਕੁਲ ਜੇ ਥੀਏਟਰ ਤੇ ਲੱਗੀ ਹੁੰਦੀ ਤਾਂ ਸਾਡੀ ਕਹਿ ਸਕਦੇ ਹੋ ਹੋਮੇ ਨੂੰ ਪੱਠੇ ਪੈ ਜਾਂਦੇ ਤਾਂ ਅਸੀਂ ਵੀ ਸੀਟੀਆਂ ਵੱਜਦੀਆਂ ਕਲੈਪਿੰਗ ਹੁੰਦੀਆਂ ਹਾਲ ਦੇ ਵਿੱਚ ਦੇਖ ਲੈਂਦੇ OTT ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਹੈ ਹਾਂ ਪਸੰਦ ਕੀਤੀ ਗਈ ਹੈ ਅੱਛਾ ਇਸ ਮੂਵੀ ਤੇ ਨਾ ਤਾੜੀਆਂ ਸੀਟੀਆਂ ਪੱਕਾ ਵੱਜਣੀਆਂ ਆ ਆਪਣਾ ਆਪਣਾ ਰੋਲ ਦੇਖਿਆ ਹੋਇਆ ਜਿੰਨਾ ਆਪਣਾ ਰੋਲ ਮੇਰੇ 10 ਸੀਨ ਹੋਣੇ 8 ਹੋਣੇ 9 ਹੋਣੇ ਜਿੰਨੇ ਵੀ ਨੇ ਉਹ ਫਿਲਮ ਦੇ ਵਿੱਚ ਜਿੰਨੇ ਸੀਨ ਸੀ ਉਹ ਜਦੋਂ ਮੈਂ ਡਬਿੰਗ ਕੀਤੀ ਮੈਂ ਆਪਣੇ ਸੀਨ ਉਦੋਂ ਦੇਖ ਲਏ ਮੈਨੂੰ ਆਪਣੇ ਸੀਨਸ ਤੋਂ ਤਸੱਲੀ ਆ ਜੀ ਇਸੇ ਤਰ੍ਹਾਂ ਇਹਨਾਂ ਨੇ ਆਪਣੇ ਦੇਖ ਲਏ ਅਨੀਤਾ ਜੀ ਨੇ ਆਪਣੇ ਦੇਖ ਲਏ ਟੋਟੈਲਿਟੀ ਦੇ ਵਿੱਚ ਹਜੇ ਕਿਸੇ ਨੇ ਪੂਰੀ ਫਿਲਮ ਨਹੀਂ ਦੇਖੀ ਸਵਾਏ ਪ੍ਰੋਡਿਊਸਰਸ ਤੋਂ ਉਹ ਤਾਂ ਹੁਬ ਕੇ ਕਹਿ ਰਿਹਾ ਭਾਜੀ ਬਹੁਤ ਵਧੀਆ ਬਹੁਤ ਵਧੀਆ ਬਿਲਕੁਲ ਜੀ ਟ੍ਰੇਲਰ ਤੇ ਚੀਜ਼ ਪਤਾ ਲੱਗਦੀ ਪਈ ਹੈ ਕਿ ਮਾਹੀ ਮੇਰਾ ਨਿੱਕਾ ਜਿਹਾ ਮੂਵੀ ਦਾ ਟ੍ਰੇਲਰ ਇਹਨਾਂ ਪਸੰਦ ਕੀਤਾ ਜਾ ਰਿਹਾ ਤੇ ਗੱਲਾਂ ਬਾਤ ਆਪਾਂ ਹੋਰ ਵੀ ਕਰਨੀਆਂ ਬਟ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਆ ਬ੍ਰੇਕ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ ਪਿਆਰੇ ਦਰਸ਼ਕਾਂ ਦਾ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ ਉਮੀਦ ਕਰਦੀ ਹੈ ਗੱਲਾਂ ਬਾਤਾਂ ਤੁਸੀਂ ਪੂਰੇ ਇੰਜੋਏ ਕਰੇ ਕਿਉਂਕਿ ਸਾਡੇ ਨਾਲ ਭੱਲਾ ਸਾਹਿਬ ਅਤੇ ਵੱਡੇ ਭੱਲਾ ਸਾਹਿਬ ਅਤੇ ਛੋਟੇ ਭੱਲਾ ਸਾਹਿਬ ਨੇ ਜੀ ਅੱਛਾ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆ ਮਾਹੀ ਮੇਰਾ ਨਿੱਕਾ ਜਿਹਾ ਮੂਵੀ ਦੇ ਦੌਰਾਨ ਓਬਵੀਅਸਲੀ ਤੁਸੀਂ ਬਹੁਤ ਮਸਤੀ ਕੀਤੀ ਹੋਣੀ ਹੈ ਨਾ ਖੱਟੀਆਂ ਮਿੱਠੀਆਂ ਯਾਦਾਂ ਬਹੁਤ ਜੁੜੀਆਂ ਹੋਣੀਆਂ ਇੱਕ ਇੱਕ ਯਾਦ ਤੁਸੀਂ ਸਾਂਝੀ ਕਰਨੀਆਂ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਯਾਦਾਂ ਕਹਿ ਰਹੇ ਮੈਨੂੰ ਲੱਗਦਾ ਸਾਰੀਆਂ ਮਿੱਠੀਆਂ ਨੇ ਜੀ ਖੱਟੀ ਤਾਂ ਕੋਈ ਬਣੀ ਨੀ ਹੈਗੀ ਕਿਉਂਕਿ ਟੀਮ ਏਡੀ ਅੱਛੀ ਸੀਗੀ ਫਸਟ ਆਫ ਆਲ ਪ੍ਰੋਡਿਊਸਰ ਏਡੇ ਵਧੀਆ ਸੀਗੇ ਫਿਰ ਡਾਇਰੈਕਸ਼ਨ ਟੀਮ ਜਿਹੜੀ ਸਾਡੇ ਟੈਕਨੀਕਲ ਕਰੂ ਆ ਰਾਜਾ ਬਾਈ ਹੋਣੀ ਪਿੰਦੀ ਹੋਣੀ ਜਿਹੜੇ ਸਾਡੇ ਰਾਈਟਰ ਸੀਗੇ ਅਮਨ ਬਾਈ ਹੋਣੀ ਸੋ ਸਾਰੇ ਇੰਨੇ ਵਧੀਆ ਬੰਦੇ ਟੈਕਨੀਕਲ ਕਰੂ ਦੇ ਵਿੱਚ ਅਤੇ ਫਿਰ ਉਦੋਂ ਸੋਨੇ ਤੋਂ ਸੁਹਾਗੇ ਵਾਲੀ ਗੱਲ ਸਾਰੀ ਕਾਸਟ ਏਡੀ ਅੱਛੀ ਉਹਦੇ 'ਚ ਸੀਮਾ ਕੌਸ਼ਲ ਜੀ ਡੈਡ ਹੋਣੀ ਨੀਤਾ ਦੇਵਗਨ ਜੀ ਸੁਖਵਿੰਦਰ ਚਹਿਲ ਭਾਜੀ ਹਨੀ ਮੱਟੂ ਜੀ ਬਾਲ ਅੰਕਲ ਬਾਲਮਕਨ ਜੀ ਸੋ ਹਸ਼ਨੀਨ ਜੀ ਮੈਂ ਸੋ ਮਤਲਬ ਕਾਸਟ ਹੀ ਏਡੀ ਵਧੀਆ ਰੌਣਕੀ ਸੀਗੀ ਅਤੇ ਜੀ ਲਾਈ ਰੱਖਦੀ ਸੀਗੀ ਜੀ ਸਾਰੇ ਸਾਰੀਆਂ ਜਿੰਨੀਆਂ ਵੀ ਯਾਦਾਂ ਸੀਗੀਆਂ ਸਾਰੀਆਂ ਮਿੱਠੀਆਂ ਸੀਗੀਆਂ ਜੀ ਓਕੇ ਮਾੜੀ ਮੋਟੀ ਡਾਂਟ ਤਾਂ ਨਹੀਂ ਪਈ ਕਿ ਨਹੀਂ ਆਹ ਡਾਇਲੋਗ ਮਾੜਾ ਜਿਹਾ ਇੱਦਾਂ ਬੋਲ ਤੂੰ ਉੱਦਾਂ ਬੋਲ ਇਹਨੂੰ ਥੋੜ੍ਹਾ ਵਧੀਆ ਤਰੀਕੇ ਨਾਲ ਕਰ ਫਾਦਰ ਮੈਂ ਦੱਸਦਾ ਜੀ ਉਹ ਹੁੰਦਾ ਇੱਦਾਂ ਆ ਕਿ ਕਈ ਵਾਰੀ ਕੀ ਹੁੰਦਾ ਵੀ ਜਦੋਂ ਅਸੀਂ ਲਿਖਦੇ ਹੁੰਦੇ ਹਾਂ ਜਾਂ ਡੈਡੀ ਲਿਖ ਰਿਹਾ ਹੁੰਦਾ ਨਾ ਵੀ ਕੋਈ ਵੀ ਹੁੰਦਾ ਤਾਂ ਡੈਡੀ ਨੂੰ ਹੁੰਦਾ ਵੀ ਆਹ ਜਿਹੜਾ ਹੈਗਾ ਡਾਇਲੋਗ ਇਹ ਤੂੰ
ਇਹਨੂੰ ਇਸ ਲਹਿਜ਼ੇ ਦੇ ਵਿੱਚ ਜਾਂ ਇਸ ਅੰਦਾਜ਼ ਦੇ ਵਿੱਚ ਬੋਲਦੇ ਉਹ ਫਿਰ ਕਈ ਵਾਰੀ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਇਹ ਸਟਾਈਲ ਤੁਹਾਡਾ ਆ ਇਹ ਵੀ ਮੈਂ ਇਹਨੂੰ ਆਪਣੇ 'ਚ ਹੀ ਬੋਲੂੰਗਾ ਕਿਉਂਕਿ ਉਹਦਾ ਫਿਰ ਉਹਦਾ ਫਾਇਦਾ ਨਹੀਂ ਨਾ ਵੀ ਸਿਮਿਲਰ ਜਿਹਾ ਲੱਗਣ ਲੱਗ ਜੂਗਾ ਸੋ ਉਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਜੀ ਉਹ ਤਾਂ ਨਾਲੇ ਮੈਨੂੰ ਲੱਗਦਾ ਉਹ ਚੀਜ਼ ਤਾਂ ਜਦ ਤੱਕ ਹੈ ਨਹੀਂ ਤੁਹਾਡੇ 'ਚ ਤਾਂ ਤੁਸੀਂ ਟਰੂ ਆਰਟਿਸਟ ਹੈ ਵੀ ਨਹੀਂ ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਜੀ ਕੋਸ਼ਿਸ਼ ਜਿਹੜੀ ਆ ਉਹ ਕਾਮਯਾਬੀ ਹੋਣੀ ਆ ਅੱਛਾ ਮੇਰਾ ਇੱਕ ਸਵਾਲ ਹੈ ਤੁਹਾਨੂੰ ਕਿ ਫਿਲਮ ਦੇ ਵਿੱਚ ਨਾ ਤੁਹਾਡਾ ਕੱਦ ਛੋਟਾ ਆ ਬਟ ਤੁਹਾਨੂੰ ਕੀ ਲੱਗਦਾ ਇਸ ਫਿਲਮ ਦੇ ਜ਼ਰੀਏ ਮਤਲਬ ਕਿ ਬਤੌਰ ਅਦਾਕਾਰ ਇੰਡਸਟਰੀ ਦੇ ਵਿੱਚ ਕੱਦ ਬਹੁਤ ਉੱਚਾ ਹੋਣ ਵਾਲਾ ਹੈ ਦੇਖੋ ਜੀ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਬਾਕੀ ਦਰਸ਼ਕ ਦੱਸਣਗੇ 3 ਤਰੀਕ ਨੂੰ ਅਤੇ ਆਪਣੇ ਵੱਲੋਂ ਅਸੀਂ ਸਾਰਿਆਂ ਨੇ ਵਾਹ ਲਾਤੀ ਜੀ ਆਪਣੀ ਇਸ ਫਿਲਮ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਨੇ ਸਾਨੂੰ ਇੱਦਾਂ ਲੱਗਦਾ ਕਿ ਅਸੀਂ ਇਸ ਚੀਜ਼ ਦੀ ਪੂਰੀ ਗਵਾਹੀ ਭਰਦੇ ਹਾਂ ਜੀ ਕਿ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਬਹੁਤ ਪਸੰਦ ਆਊਗੀ ਜੀ ਕਿਉਂਕਿ ਜਿੱਡੀ ਵਧੀਆ ਅਤੇ ਖੂਬਸੂਰਤ ਕੌਮੇਡੀ ਆਫ ਐਰਰਸ ਨਾਲ ਬਣੀ ਹੋਈ ਹੈ ਇਹ ਫਿਲਮ ਅਤੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਹਾਸਾ ਨੈਚੁਰਲ ਸਪੋਂਟੇਨੀਅਸ ਜਿਵੇਂ ਹੁੰਦਾ ਨਾ ਉੱਦਾਂ ਹਾਸਾ ਆਊਗਾ ਉਹਨਾਂ ਨੂੰ ਇੱਦਾਂ ਨਹੀਂ ਹੋਊਗਾ ਵੀ ਧੱਕੇ ਨਾਲ ਫੋਰਸਡ ਕਾਮੇਡੀ ਕੀਤੀ ਹੋਈ ਹੈ ਜਾਂ ਧੱਕੇ ਨਾਲ ਪੰਚ ਪਾਏ ਹੋਏ ਨੇ ਇੱਦਾਂ ਦਾ ਕੁਛ ਨਹੀਂ ਫਿਲਮ ਦੇ ਵਿੱਚ ਠੀਕ ਹੈ ਅੱਛਾ ਰਣਜੀਤ ਸਿੰਗਲਾ ਪ੍ਰੋਡਕਸ਼ਨ ਦੇ ਹੇਠ ਹੈ ਨਾ ਇਹ ਮੂਵੀ ਆ ਰਹੀ ਆ ਅਤੇ ਕਿੰਨਾ ਕੁ ਮਤਲਬ ਕਿ ਕੋਪਰੇਟ ਮਤਲਬ ਕਿ ਵਧੀਆ ਲੱਗਾ ਉਹਨਾਂ ਨਾਲ ਕੰਮ ਕਰਕੇ ਉਹ ਜ਼ਰੂਰ ਦੱਸੋ ਪਹਿਲਾਂ ਸਰ ਰਣਜੀਤ ਸਿੰਗਲਾ ਭਾਅ ਜੀ ਨੂੰ ਮੈਂ ਸੱਚ ਪੁੱਛਦੇ ਹਾਂ ਮਿਲਿਆ ਤਾਂ ਪਹਿਲੀ ਵਾਰੀ ਇਹ ਸੈੱਟ 'ਤੇ ਸੀ ਓਕੇ ਸੁਣਿਆ ਉਹਨਾਂ ਬਾਰੇ ਬਹੁਤ ਸੀ ਅੱਛਾ ਸਮੀਪ ਕੰਗ ਜੀ ਨੇ ਬਹੁਤ ਉਹਨਾਂ ਦੀ ਤਾਰੀਫ ਕੀਤੀ ਕਰਮਜੀਤ ਅਨਮੋਲ ਜੀ ਨੇ ਉਹਨਾਂ ਦੀ ਬਹੁਤ ਤਾਰੀਫ ਕੀਤੀ ਵੀ ਭਾਅ ਜੀ ਬਹੁਤ ਅੱਛੇ ਪ੍ਰੋਡਿਊਸਰ ਨੇ ਬਹੁਤ ਸਾਊ ਪ੍ਰੋਡਿਊਸਰ ਨੇ ਬਈ ਕੁਛ ਨਹੀਂ ਬੋਲਦੇ ਉੱਚਾ ਨੀਵਾਂ ਆਪਣਾ ਮਸਤ ਰਹਿੰਦੇ ਆ ਸਭ ਨੂੰ ਪ੍ਰੋਪਰ ਰਿਗਾਰਡ ਦਿੰਦੇ ਆ ਔਰ ਉਹ ਚੀਜ਼ਾਂ ਮੈਂ ਸਾਰੀਆਂ ਦੇਖ ਲਈਆਂ ਕਿਉਂਕਿ ਜ਼ਿਆਦਾਤਰ ਜਦੋਂ ਫਿਲਮਾਂ ਅਸੀਂ ਕਰਦੇ ਹਾਂ ਨਾ ਅਤੇ ਬਿਗਨਿੰਗ ਦੇ ਵਿੱਚ ਬੰਦੇ ਹੋਰ ਹੁੰਦੇ ਆ ਜਿਉਂ ਜਿਉਂ ਫਿਲਮ ਕੰਪਲੀਸ਼ਨ ਵੱਲ ਨੂੰ ਜਾਂਦੀ ਆ ਉਸ ਵੇਲੇ ਬਿਹੇਵੀਅਰ ਕੁਛ ਹੋਰ ਹੋ ਜਾਂਦਾ ਕਿਉਂਕਿ ਉਸ ਵੇਲੇ ਸਾਰਿਆਂ ਦੀ ਪੇਮੈਂਟ ਕਰਨੀ ਹੁੰਦੀ ਆ ਫਿਰ ਉਹ ਕਹਿੰਦੇ ਆ ਜੀ ਬਾਕੀ ਡਬਿੰਗ 'ਤੇ ਦੇ ਦਿਆਂਗੇ ਜੀ ਕੁਛ ਰਿਲੀਜ਼ 'ਤੇ ਦੇ ਦਿਆਂਗੇ ਜੀ ਕੁਛ ਫਲਾਨਾ ਪਰ ਇਹਨਾਂ ਨੇ ਸਾਰੀ ਦੀ ਸਾਰੀਆਂ ਪੇਮੈਂਟ ਸੀ ਜਿੰਨਿਆਂ ਦੀਆਂ ਸੀ ਯਾਨੀ ਫਿਲਮ ਦੀ ਲਾਸਟ ਡੇ ਸ਼ੂਟ ਤੋਂ ਪਹਿਲਾਂ ਸਾਰਿਆਂ ਨੂੰ ਖੁਸ਼ ਕਰਕੇ ਭੇਜਦਾ ਇਸ ਕਰਕੇ ਸਾਰੀਆਂ ਮਿੱਠੀਆਂ ਯਾਦਾਂ ਨੇ ਇਹਨਾਂ ਦੀਆਂ ਵੀ ਕੋਈ ਵੀ ਕੋਈ ਮਾੜੀ ਯਾਦ ਜਾਂ ਖੱਟੀ ਯਾਦ ਕੋਈ ਨਹੀਂ ਹੈ ਆਹ ਬੜੀ ਪਿਆਰੀ ਯਾਦ ਹੈ ਕਿਉਂਕਿ ਅਕਸਰ ਇਹ ਚੀਜ਼ ਰਹਿੰਦੀ ਆ ਹਨਾ ਵੀ ਪੈਸਿਆਂ ਕਰਕੇ ਕਦੇ ਨਾ ਕਦੇ ਰਹਿ ਜਾਂਦਾ ਕਿ ਹਾਂ ਬਾਅਦ ਵਿੱਚ ਰਹਿੰਦੇ ਥੋੜੇ ਦੇ ਤੇ 75% ਦੇ ਤਾ 80% ਦੇ ਤਾ ਬਟ ਇਹ ਬੜੀ ਅੱਛੀ ਗੱਲ ਹੈ ਕਿ ਹਾਂ ਉਹਨਾਂ ਨੇ ਲਾਸਟ ਦੇ ਲੱਕ ਵੀ ਇਹਨਾਂ ਦੀ ਬਹੁਤ ਅੱਛੀ ਆ 5 ਫਿਲਮਾਂ ਇਹਨਾਂ ਨੇ ਕੀਤੀਆਂ ਲਾਮਾ ਫੇਰੇ ਕੀਤੀ ਜੀ ਫਿਲਮ ਸੁਪਰਹਿਟ ਗਈ ਪਾਰਟੀ ਕੀਤੀ ਉਸ ਤੋਂ ਬਾਅਦ ਸਾਰਿਆਂ ਨੂੰ ਆਨਰ ਕੀਤਾ ਸਿੰਗਲਾ ਸਾਹਿਬ ਨੇ ਫਿਰ ਉਸ ਤੋਂ ਬਾਅਦ ਫਿਲਮ ਇਹਨਾਂ ਨੇ ਕੀਤੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਫਿਰ ਕੀਤੀ ਮਿੰਦੋ ਤਹਿਸੀਲਦਾਰ ਨੇ ਫਿਰ ਫਿਲਮ ਆਈ ਪੁਖਰਾਜ ਉਹਨਾਂ ਦੀ ਇਹ ਹੇਟਰਸ ਜਿਹੜੀ ਕਿ ਆਪਣੇ ਇੱਥੇ ਐਮਾਜ਼ੋਨ ਪ੍ਰਾਈਮ ਤੇ ਯੂਟਿਊਬ ਤੇ ਬਹੁਤ ਅੱਛੀ ਗਈ ਮੂਵੀ ਹੁਣ 5ਵੀਂ ਫਿਲਮ ਇਹਨਾਂ ਦੀ ਇਹ ਆ ਮੈਂ ਸੋਚਦਾ ਵੀ ਵਧੀਆ ਜਾਵੇ ਇਹ ਵੀ ਫਿਲਮ ਵੀ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੋਚ ਕੇ ਫਿਲਮ ਬਣਾਈ ਸੀ ਵੀ ਆਹ ਕਾਸਟ ਲੈ ਕੇ ਅਸੀਂ ਫਿਲਮ ਸ਼ੂਟ ਕਰਨੀ ਆ ਸੋ ਪਰਮਾਤਮਾ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਉਹ ਪੂਰੀਆਂ ਕਰਨ ਸੋ ਬਾਕੀ ਤਾਂ ਜਿਵੇਂ ਪੁਖਰਾਜ ਨੇ ਕਿਹਾ ਵੀ ਸਾਡਾ ਫਰਜ਼ ਹੈ ਮਿਹਨਤ ਕਰਨਾ ਉਸ ਮਿਹਨਤ ਨੂੰ ਬਲੈਸਿੰਗਸ ਤੁਸੀਂ ਦੇਣੀਆਂ ਪਿਆਰ ਤੁਸੀਂ ਦੇਣਾ ਸਾਰਿਆਂ ਨੇ ਆਸ਼ੀਰਵਾਦ ਪਰਮਾਤਮਾ ਦਾ ਹੋਊ ਫਿਲਮ ਹਿੱਟ ਹੋਊਗੀ ਤਾਂ ਤੁਹਾਡੇ ਕੋਲ ਹੋਰ ਹੌਸਲੇ ਨਾਲ ਹੋਰ ਪੰਜਾਬੀ ਫਿਲਮਾਂ ਲੈ ਕੇ ਇਸੇ ਤਰ੍ਹਾਂ ਹਾਜ਼ਰ ਹੁੰਦੇ ਰਹੋ ਡੈਫੀਨੇਟਲੀ ਜੀ ਅੱਛਾ ਬਹੁਤ ਸਾਰੀਆਂ ਫਿਲਮਾਂ ਤੁਸੀਂ ਕੀਤੀਆਂ ਤੁਸੀਂ ਵੀ ਬਹੁਤ ਕੰਮ ਕਰ ਰਹੇ ਹੋ ਇੰਡਸਟਰੀ ਦੇ ਵਿੱਚ ਹੈ ਨਾ ਬਾਕੀ ਫਿਲਮਾਂ ਦੇ ਨਾਲੋਂ ਇਸ ਫਿਲਮ ਦੇ ਵਿੱਚ ਡਿਫਰੈਂਟ ਕੀ ਚੀਜ਼ ਲੱਗੀ ਤੁਹਾਨੂੰ ਕਨਸੈਪਟ ਤਾਂ ਵੱਖਰਾ ਹੈਗਾ ਹੀ ਆ ਜੀ ਡਿਫਰੈਂਟ ਉਹੀ ਜੀ ਮਾਹੌਲ ਬਹੁਤ ਲਾਈਵਲੀ ਸੀਗਾ ਸੈੱਟ 'ਤੇ ਜਿਵੇਂ ਗੱਲ ਤੁਹਾਨੂੰ ਦੱਸੀ ਹੋਈ ਹੈ ਅਤੇ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਇਹਦੇ ਵਿੱਚ ਮਤਲਬ ਇੱਕ ਬਹੁਤ ਹੀ ਲਾਈਟ ਹਾਰਟਡ ਜੀ ਫਿਲਮ ਹੈ ਇਹ ਜਿਵੇਂ ਹੁਣ ਇਦੋਂ ਪਹਿਲਾਂ ਮੇਰੀ ਹੇਟਰ ਸੀ ਉਹ ਬਹੁਤ ਇੰਟੈਂਸ ਫਿਲਮ ਸੀਗੀ ਐਕਸ਼ਨ ਡਰਾਮਾ ਥ੍ਰਿਲਰ ਸਸਪੈਂਸ ਹੈਗਾ ਉਹਦੇ 'ਚ ਹੈ ਨਾ ਇਹਦੇ 'ਚ ਇਹ ਡਰਾਮਾ ਕਾਮੇਡੀ ਰੋਮ ਕੌਮ ਫਿਲਮ ਹੈ ਇਹ ਸੋ ਆਪਣਾ ਵੀਕਐਂਡ ਇੰਜੋਏ ਇਹ ਜਦੋਂ ਜਨਤਾ ਕਰਦੀ ਹੈ ਨਾ ਆਪਣੇ ਆਪਣੇ ਮਾਹੀਆਂ ਦੇ ਨਾਲ ਉਦੋਂ ਫਿਰ ਮੇਰੇ ਹਿਸਾਬ ਨਾਲ ਬਹੁਤ ਇੱਕ ਲਾਈਟ ਹਾਰਟਡ ਜੀ ਫਿਲਮ ਹੈ ਜੀ ਇਹ ਅਤੇ ਸਾਰੇ ਪਸੰਦ ਕਰਨਗੇ ਇਸ ਫਿਲਮ ਜੀ ਆਪਣੇ ਮਾਹੀ ਨਾਲ ਦੇਖਣ ਜਾਣੀ ਫਿਰ ਹਾਂਜੀ ਉਹਦਾ ਫਿਰ ਪ੍ਰੀਮੀਅਰ ਤੇ ਜਾਵਾਂਗੇ ਠੀਕ ਹੈ ਜੀ ਤੇ ਫਿਰ ਤੁਸੀਂ ਵੀ ਆਪਣੀ ਮਾਹੀ ਨਾਲ ਦੇਖਣ ਜਾਣੀ ਬਿਲਕੁਲ ਜੀ ਹੈ ਨਾ ਔਰ ਮੋਰਓਵਰ ਇਸ ਫਿਲਮ ਬਾਰੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਅਸੀਂ ਤਾਂ ਹਜੇ ਉਨੀ ਕੇ ਦੇਖੀ ਹੈ ਜਿੰਨਾ ਕਿ ਨਾ ਸਾਡਾ ਰੋਲ ਸੀ ਹਾਂਜੀ ਪਰ ਮੈਂ ਜੋ ਪ੍ਰੋਡਕਸ਼ਨ ਇੰਚਾਰਜ ਔਰ ਕਰਤਾ ਧਰਤਾ ਨੇ ਇਸ ਸਾਰੇ ਯੂਨਿਟ ਦੇ ਸਾਡੇ ਮਾਹੀ ਮੇਰਾ ਨਿੱਕਾ ਜਿਹਾ ਦੇ ਰਾਜਿੰਦਰ ਰਾਜਾ ਜੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਅ ਜੀ ਤੁਸੀਂ ਤਾਂ ਟੋਟੈਲਿਟੀ ਦੇ ਵਿੱਚ ਫਿਲਮ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਤਾਂ ਸਾਰੀ ਫਿਲਮ ਦੇਖੀ ਆ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਭਾਅ ਜੀ ਬਹੁਤ ਲਾਈਟ ਹਾਰਟਡ ਮੂਵੀ ਹੈ ਕਾਮੇਡੀ ਵੀ ਹੈ
ਔਰ ਕੌਮੜੀ ਇਦਾਂ ਦੀਆਂ ਵੀ ਧੱਕੇ ਨਾਲ ਠੋਸੀ ਹੋਈ ਆ, ਹਸਾਉਂਦੇ ਹਸਾਉਂਦੇ ਸਟੋਰੀ ਨੂੰ ਕਹਿੰਦਾ ਤੁਸੀਂ ਅੱਗੇ ਲੈ ਕੇ ਜਾਂਦੇ ਹੋ, ਐਂਡ ਤੱਕ ਇਸੇ ਤਰ੍ਹਾਂ ਚੱਲਦਾ, ਇਹ ਫਿਲਮ ਦੀ ਬਿਊਟੀ ਆ। ਬਿਲਕੁਲ ਜੀ, ਬਿਲਕੁਲ, ਐਂਡ ਇਹ ਚੀਜ਼ ਨਾ ਟੇਲਰ ਦੇ ਵਿੱਚ ਬਖੂਬੀ ਦੇਖਦੀ ਪਈ ਆ ਪਹਿਲਾਂ ਸਰ, ਹੈ ਨਾ। ਅੱਛਾ, ਆਪਾਂ ਗੱਲਾਂ ਬਹੁਤ ਸਾਰੀਆਂ ਕਰਨੀਆਂ, ਬਟ ਕਾਲਸ ਵੀ ਆਈਆਂ ਹੋਈਆਂ, ਉਹ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਦਰਸ਼ਕ, ਸੋ ਕਾਲਸ ਲੈ ਲਈਏ ਜੀ। ਲਓ ਜੀ ਜੀ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮਨੀਸ਼ਾ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਉਹਨਾਂ ਨੂੰ, ਜਸਵਿੰਦਰ ਭੱਲਾ ਜੀ ਨੂੰ ਤੇ ਉਹਨਾਂ ਦੇ ਬੇਟੇ ਨੂੰ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਮੈਮ, ਜਲਦੀ ਮੂਵੀ ਰਿਲੀਜ਼ ਹੋ ਰਹੀ ਹੈ ਜੀ। ਮੈਨੂੰ ਤਾਂ ਬਹੁਤ ਹੀ ਵਧੀਆ ਲੱਗ ਰਿਹਾ, ਆਪਣਾ ਆਏ ਆ ਦੋਨੋਂ ਜਣੇ ਤੇ ਨਵੀਂ ਮੂਵੀ ਆ ਰਹੀ ਹੈ ਮਾਈ ਮੇਰਾ ਨਿੱਕਾ ਜਿਹਾ। ਮੈਂ ਇਹਨਾਂ ਦੀਆਂ ਸ਼ੁਰੂ ਤੋਂ ਮੂਵੀਆਂ ਬਹੁਤ ਦੇਖਦੀ ਸੀ, ਜਸਵਿੰਦਰ ਭੱਲਾ ਜੀ ਦੀਆਂ। ਪਹਿਲਾਂ ਮੂਵੀ ਅਸੀਂ ਦੇਖੀ ਸੀ ਚਾਚਾ ਸ਼ੇਮ ਸ਼ੇਮ, ਮੇਰੇ ਬੱਚਿਆਂ ਨੇ ਵੀ ਦੇਖੀ ਸੀ, ਹਾਲੇ ਤੱਕ ਮੂਵੀ ਨੂੰ ਬਹੁਤ ਯਾਦ ਕਰਦੇ। ਜਿਹੜੇ ਸੀਨ ਹੈਗੇ ਸੀ ਨਾ, ਇੱਕ ਜਿਹੜਾ ਤੁਸੀਂ ਬੱਚੇ ਦਾ ਦੱਸਿਆ ਸੀ, ਇਹ ਕਾਲਾ ਹੈਗਾ, ਦੱਸੋ ਮੇਰਾ ਬੱਚਾ ਕਿਹੜਾ ਹੈਗਾ, ਪਛਾਣੋ। ਬੜਾ ਵਧੀਆ ਲੱਗਿਆ ਸੀ, ਮੂਵੀ ਬੜੀ ਵਾਰੀ ਦੇਖੀ ਮੈਂ, ਤੁਹਾਡੇ ਛੰਕਾਟੇ ਵੀ ਸਾਰੇ ਦੇਖੇ ਆ। ਸਾਡੀਆਂ ਮੂਵੀਆਂ ਮੈਂ ਕੋਈ ਛੱਡੀਆਂ ਨਹੀਂ ਸੀ, ਹੁਣ ਦੋ ਤਿੰਨ ਮੂਵੀਆਂ ਹਾਲੇ ਛੱਡ ਹੋ ਗਈਆਂ ਤੇ ਉਹ ਨਹੀਂ ਹਾਲੇ ਦੇਖ ਪਾਈ ਮੈਂ, ਕਿਉਂਕਿ ਸਾਡੇ ਇੱਥੇ ਜਿੱਥੇ ਅਸੀਂ ਰਹਿੰਦੇ ਇੱਥੇ ਕੋਈ ਏਦਾਂ ਦਾ ਥੀਏਟਰ ਨਹੀਂ ਹੈਗਾ ਜਿੱਥੇ ਇੰਡੀਅਨ ਮੂਵੀਆਂ ਲੱਗਦੀਆਂ ਹੋਣ, ਉਹਦੇ ਕਰਕੇ ਅਸੀਂ ਪਿੱਛੇ ਰਹਿ ਗਏ ਹਾਂ। ਮੈਂ ਕਿਹਾ ਹੁਣ ਸਮਝ ਨਹੀਂ ਆਉਂਦੀ, ਹੁਣ ਇਹ ਵੀ ਮੂਵੀ ਆ ਰਹੀ, ਦਿਲ ਤਾਂ ਕਰਦਾ, ਪਰ ਹੁਣ ਅਸੀਂ ਕਨੈਕਟੀਕਟ ਰਹਿੰਦੇ ਹਾਂ, ਇਹ ਮੂਵੀਆਂ ਨਿਊਯਾਰਕ ਵਾਲੇ ਪਾਸੇ ਲੱਗਦੀਆਂ, ਉੱਥੇ ਸਾਨੂੰ ਜਾਣ ਨੂੰ 2-2.5 ਘੰਟੇ ਲੱਗਣੇ। ਦੇਖਦੇ ਹਾਂ ਜਿੱਦਾਂ ਵੀ ਹੋਇਆ, ਪਰਮਾਤਮਾ ਕਰੇ ਸਾਨੂੰ ਮੌਕਾ ਮਿਲੇ ਜਾਣ ਦਾ। ਪਰ ਮੈਨੂੰ ਬਹੁਤ ਖੁਸ਼ ਹੋਈ ਭਾਜੀ ਤੁਹਾਡਾ ਗੱਲ ਕਰਕੇ, ਤੁਹਾਡੇ ਬੇਟੇ ਨਾਲ, ਤੇ ਤੁਸੀਂ ਮੂਵੀਆਂ ਬਹੁਤ ਹੀ ਵਧੀਆ ਕਰਦੇ ਆ ਉਹਦੇ ਨਾਲ, ਸ਼ਰਮਾ ਜੀ ਦੇ ਨਾਲ ਵੀ। ਥੈਂਕ ਯੂ ਭੈਣ ਜੀ, ਮੈਨੂੰ ਸਾਰੀਆਂ ਹਰ ਲੱਗ ਮੇਰੀ ਅੱਖਾਂ ਸਾਹਮਣੇ ਸੀਨ ਆਈ ਜਾਂਦੇ ਆ। ਥੈਂਕ ਯੂ, ਥੈਂਕ ਯੂ, ਬਹੁਤ ਵਧੀਆ ਕੰਮ ਕੀਤਾ। ਤੁਸੀਂ ਸਨ 93 ਚ ਆਈ ਸੀ ਸਾਡੀ ਫਿਲਮ ਇਹ ਚਾਚਾ ਸ਼ੇਮ ਸ਼ੇਮ, ਜੇ ਤੁਸੀਂ 93 ਤੋਂ ਲੈ ਕੇ 2022 ਤੱਕ ਸਾਡੇ ਨਾਲ ਜੁੜ ਸਕਦੇ ਹੋ, 2 ਘੰਟੇ ਤਾਂ ਕੁਛ ਵੀ ਨਹੀਂ, ਯਾਰ ਤੱਕ ਪਹੁੰਚਣ ਲਈ ਆਓ ਨਾ ਉੱਥੇ ਫਿਲਮ ਦੇਖਣ ਸਾਡੀ। ਜ਼ਰੂਰ ਕੋਸ਼ਿਸ਼ ਕਰੂੰਗੀ, ਤੇ ਮੈਂ ਕਹਿੰਦੀ ਆਪਾਂ ਇਹ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਚੌਗਣੀ ਤਰੱਕੀ ਕਰਨ, ਬੱਚੇ ਵੀ ਤੁਹਾਡੇ, ਤੇ ਤੁਸੀਂ ਵੀ ਨਾਲ ਨਾਲ ਉਹਨਾਂ ਦਾ ਸਾਥ ਦਿੰਦੇ ਹੋ ਤਾਂ ਹੋਰ ਵੀ ਸੋਨੇ ਦਾ ਸੁਹਾਗਾ ਹੋ ਜਾਏਗਾ। ਥੈਂਕ ਯੂ, ਥੈਂਕ ਯੂ ਜੀ। ਅਗਲੇ ਸੈਗਮੈਂਟ ਦੇ ਵਿੱਚ ਹੋਪ ਸੋ ਤੁਹਾਨੂੰ ਸ਼ਰਮਾ ਜੀ ਨਾਲ ਵੀ ਜ਼ਰੂਰ ਰੂਬਰੂ ਕਰਵਾਵਾਂਗੇ, ਐਂਡ ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਮੂਵੀ ਜ਼ਰੂਰ ਦੇਖਣ ਜਾਣੀ ਸਾਰਿਆਂ ਨੇ, ਕਿਉਂਕਿ ਮੈਂ ਤਾਂ ਆਪਣੀ ਟਿਕਟ ਪਹਿਲੀ ਬੁੱਕ ਕਰਵਾ ਲੈਣੀ ਆ ਜੀ। ਠੀਕ ਹੈ ਭੱਲਾ ਸਰ, ਮੈਂ ਪਹਿਲਾਂ ਜਾ ਰਹੀ ਹਾਂ ਆਪਣੀ ਫੈਮਲੀ ਦੇ ਨਾਲ। ਠੀਕ ਹੈ ਜੀ, ਕਿਉਂਕਿ ਮੈਨੂੰ ਟ੍ਰੇਲਰ ਬੜਾ ਪਸੰਦ ਆਇਆ, ਤੇ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਨੀਆਂ, ਪਰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਵੈਲਕਮ ਬੈਕ ਆਫਟਰ ਦਾ ਬ੍ਰੇਕ ਜੀ, ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ। ਮਾਹੀ ਮੇਰਾ ਨਿੱਕਾ ਜੀ ਦੀ ਟੀਮ ਸਾਡੇ ਨਾਲ ਹੈ, ਅਤੇ ਗੱਲਾਂ ਬਾਤਾਂ ਆਪਾਂ ਹੋਰ ਬਹੁਤ ਜ਼ਿਆਦਾ ਕਰਨੀਆਂ ਨੇ। ਅੱਛਾ, ਮੈਨੂੰ ਨਾ ਫਿਰ ਜਲਦੀ ਜਲਦੀ ਦੱਸ ਦਿਓ ਵੀ ਮੂਵੀਆਂ ਜਿਹੜੀ ਓਵਰਸੀਜ਼ ਕਿੱਥੇ ਕਿੱਥੇ ਰਿਲੀਜ਼ ਹੋ ਰਹੀ ਆ, ਸੋ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਏ। ਥਰੂ ਆਊਟ ਵਰਲਡ ਦੇ ਵਿੱਚ ਫਿਲਮ ਜਿਹੜੀ ਰਿਲੀਜ਼ ਕਰਨ ਨੂੰ ਕਹਿ ਰਹੇ ਨੇ ਸਾਡੇ ਪ੍ਰੋਡਿਊਸਰ ਜੀ, 3 ਜੂਨ ਨੂੰ ਜੀ ਪੰਜਾਬ, ਦਿੱਲੀ, ਸਾਰੇ ਪਾਸੇ ਤਾਂ ਲੱਗਣੀ ਲੱਗਣੀ ਆ, ਪੰਜਾਬ ਤੋਂ ਬਾਹਰ ਵੀ ਜਿੱਥੇ ਕਿਤੇ ਪੰਜਾਬੀ ਨੇ, ਔਰ ਫੋਰਨ ਦੇ ਵਿੱਚ ਜਿਹੜੇ ਸਾਡੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਕੰਟਰੀਜ਼ ਨੇ ਜਿਵੇਂ ਕੈਨੇਡਾ, US, ਆਸਟ੍ਰੇਲੀਆ, ਇਹਨਾਂ ਵਿੱਚ ਤਾਂ ਠੋਕ ਵਜਾ ਕੇ ਚੱਲੂਗੀ ਨਾ ਫਿਲਮ। 12 ਸੈਂਟਰ ਆਸਟ੍ਰੇਲੀਆ ਦੇ ਦੱਸਦੇ ਨੇ, ਅਤੇ ਕਿੰਨੇ ਮੇਰਾ ਖਿਆਲ 6 ਤੋਂ ਵੀ ਉੱਪਰ ਸੈਂਟਰ US ਦੇ, ਅਤੇ ਫਿਰ ਕੈਨੇਡਾ ਦੇ ਮੋਰ ਦੈਨ 10। ਬਿਲਕੁਲ ਹਾਂ, ਉਹ ਇੰਨੇ ਥਾਵਾਂ 'ਤੇ ਜਿਹੜੇ ਅੱਛੇ ਅੱਛੇ ਜਿਹੜੇ ਜਣੇ ਕਹਿ ਸਕਦੇ ਹੋ ਇੰਪੋਰਟੈਂਟ ਜਿਹੜੇ ਸੈਂਟਰ ਨੇ, ਉੱਥੇ ਇਹ ਫਿਲਮ ਲੱਗ ਰਹੀ ਆ। ਸੋ ਸਾਰੇ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਮੇਰੀਆਂ ਫਿਲਮਾਂ ਤਾਂ ਦੇਖਦੇ ਹੋ, ਹੁਣ ਮੇਰੇ ਬੇਟੇ ਦੀਆਂ ਵੀ ਆਉਣ ਲੱਗ ਗਈਆਂ, ਸੋ ਮੈਂ ਆਪਣੇ ਬੇਟੇ ਲਈ ਵੀ ਅਪੀਲ ਕਰਦਾ, ਬੇਨਤੀ ਕਰਦਾ ਕਿ ਇਹਨੂੰ ਵੀ ਤੁਹਾਡੀਆਂ ਬਲੈਸਿੰਗਸ ਦੀ ਲੋੜ ਆ, ਤੁਹਾਡੇ ਪਿਆਰ ਦੀ ਲੋੜ ਆ, ਅਤੇ ਮੈਨੂੰ ਉਮੀਦ ਆ ਕਿ ਜਿਸ ਤਰ੍ਹਾਂ ਮੈਨੂੰ ਤੁਸੀਂ ਪਿਆਰ ਦਿੰਦੇ ਰਹੇ ਹੋ, ਇਹਦੀ ਮਿਹਨਤ ਨੂੰ ਵੀ ਫਲ ਜ਼ਰੂਰ ਲਾਓਗੇ, ਕਿਉਂਕਿ ਮੈਨੂੰ ਪਤਾ ਵੀ ਜਿੰਨੀ ਮਿਹਨਤ ਇਹ ਕਰਦਾ, ਕਿਉਂਕਿ ਹਰ ਇੱਕ ਮਾਂ ਬਾਪ ਨੂੰ ਹੁੰਦਾ ਕਿ ਸਾਡਾ ਬੱਚਾ ਅੱਗੇ ਜਾਵੇ, ਹਰ ਇੱਕ ਤਾਰੀਫ ਕਰਦਾ ਆਪਣੇ ਬੱਚੇ ਦੀ, ਪਰ ਇਹਦੀ ਤਾਰੀਫ ਜਦੋਂ ਅਸੀਂ ਤੁਹਾਡੇ ਮੂੰਹੋਂ ਸੁਣਾਂਗੇ ਤਾਂ ਆਟੋਮੈਟਿਕਲੀ ਪਰਮਾਤਮਾ ਦੀ ਬਲੈਸਿੰਗਸ ਨਾਲ ਰਲ ਕੇ ਇਹ ਫਿਲਮ ਇੱਕ ਸੁਪਰਹਿੱਟ ਸਾਬਤ ਹੋਏਗੀ। ਬਿਲਕੁਲ ਜੀ, ਵੈਲ ਦੋ ਭੱਲੇ ਤੁਹਾਨੂੰ ਲਾਈਕ ਮੂਵੀ ਦੇ ਵਿੱਚ ਦਿਖਣ ਨੂੰ ਮਿਲਣੇ, ਹੈ ਨਾ। ਪਹਿਲਾਂ ਤਾਂ ਤੁਸੀਂ ਇੱਕ ਹੀ ਇਕੱਲੇ ਨੇ, ਕਿ ਕਹਿੰਦੇ ਆ ਨਾ ਕਿ ਮੂਵੀ ਦੇ ਵਿੱਚ ਕੰਮ ਕੀਤਾ ਹੁੰਦਾ ਸੀ, ਹੁਣ ਤਾਂ ਦੋ ਜਾਣੇ ਨੇ ਇਕੱਠੇ ਆ ਕੇ ਗਾਹ ਪਾ ਲੈਣਾ ਪੂਰਾ। ਦੋ ਭੱਲੇ ਗਏ ਕਿਦਾਂ, ਕਹਿੰਦਾ ਚਾਟ ਪਲੇਟ ਜੀ ਬਣਾਈ ਹੋਈ ਭੱਲਿਆਂ ਦੀ। ਕਹਿਣ ਦਾ ਮਤਲਬ ਆ ਜਸਵਿੰਦਰ ਭੱਲਾ ਜੀ, ਹੁਣ ਫਿਰ ਭੱਲਾ ਭੱਲਾ ਥੋੜੀ ਨਾ ਕਹਾਂਗੀ ਮੈਂ, ਭੱਲੇ ਹੀ ਕਹਾਂਗੀ ਹੁਣ। ਉਹ ਨਹੀਂ ਭੱਲਾ, ਚਲੋ ਫਿਰ ਵੀ ਰਿਸਪੈਕਟ ਆ ਜਸਵਿੰਦਰ ਭੱਲਾ ਪੂਰਾ ਜੀ, ਭੱਲੇ ਭੱਲੇ ਕੀ ਹੁੰਦਾ।
ਚਲੋ ਤੁਹਾਨੂੰ ਸਮਝ ਲੱਗ ਗਈ, ਸਾਡੇ ਦਰਸ਼ਕਾਂ ਨੂੰ ਸਮਝ ਲੱਗ ਗਈ। ਦਰਸ਼ਕ ਇੰਨਾ ਪਿਆਰ ਕਰਦੇ ਆ ਨਾ, ਕਈ ਵਾਰੀ ਅਸੀਂ ਕਈ ਵਾਰੀ ਸਟੇਜ ਸ਼ੋਅ 'ਚ ਵੀ ਦੱਸਦੇ ਹੁੰਦੇ ਹਾਂ, ਜਿਹੜੇ ਸ਼ਹਿਰਾਂ ਵਾਲੇ ਬੱਚੇ ਹੁੰਦੇ ਨਾ ਬਹੁਤ ਰਿਸਪੈਕਟ ਦਿੰਦੇ ਆ, ਪਿਆਰ ਦਿੰਦੇ ਆ, ਅੰਕਲ ਆਟੋਗ੍ਰਾਫ ਦਿਓ ਪਲੀਜ਼, ਤੁਹਾਡਾ ਆਹ ਦੇਖਿਆ, ਤੁਹਾਡਾ ਨਵੀਂ ਵੈਬ ਸੀਰੀ ਕੀ ਬਣੂ ਪੂਨੀਆ, ਇਹਨਾਂ ਦੇ ਯਾਰ ਜਿਗਰੀ ਕਸੂਤੀ ਡਿਗਰੀ ਦੇਖੀ। ਹੁਣ ਜਿਹੜੇ ਪਿੰਡਾਂ ਵਾਲੇ ਵਿਚਾਰੇ ਹੁੰਦੇ ਆ ਉਹ ਸ਼ਾਈ ਹੁੰਦੇ ਆ, ਇੰਨਾ ਖੁੱਲ੍ਹ ਕੇ ਨਹੀਂ ਕਹਿੰਦੇ, ਉਹ ਫਿਰ ਤੁਹਾਡੇ ਵਾਂਗੂ ਇੱਕ ਆਵਾਜ਼ ਹੀ ਮਾਰ ਕੇ ਲੁਕ ਜਾਂਦੇ ਨੇ ਕੰਧ ਵਾਲੇ, ਭੱਲੇ ਓਏ ਬਸ, ਇਹ ਦੇਖੀ ਯਾਰ ਕੌਣ ਸੀ ਜਿਹੜਾ ਬੰਦਾ ਇੱਦਾਂ ਬੋਲ ਕੇ ਗਿਆ, ਇੱਕ ਸਾਨੂੰ ਇੱਥੇ ਮਿਲ ਗਿਆ ਅੱਜ ਨਿੱਕਾ ਬੱਚਾ। ਚਲੋ ਕੋਈ ਗੱਲ ਨਹੀਂ, ਤੁਹਾਨੂੰ ਯਾਦ ਰਹੇਗਾ ਨਿੱਕਾ ਬੱਚਾ। ਹਾਂ ਨਿੱਕਾ ਬੱਚਾ ਯਾਦ ਰਹੇਗਾ। ਅੱਛਾ ਕਾਲਸ ਲੈਣੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਠੀਕ ਹੈ ਜੀ? ਹਾਂ ਜੀ ਕਰੋ ਜੀ। ਹੈਲੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮਨੀਸ਼ਾ ਜੀ ਦੇ ਪੱਲਾ ਜੀ ਤੇ ਮੁੰਡੇ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੱਲਾ ਜੀ ਵੱਲੋਂ, ਮਨੀਸ਼ਾ ਜੀ ਵੱਲੋਂ ਤੇ ਮੁੰਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਦੇਖੋ ਜੀ ਪੱਲਾ ਜੀ ਦਾ ਸਾਡੇ ਪੰਜਾਬ ਦੇ ਇੱਕ ਹੀਰੇ ਆ ਜੀ, ਇਹਨੀ ਬਹੁਤ ਪੰਜਾਬੀ ਨੂੰ ਬਹੁਤ ਉੱਚਾ ਚੱਕਿਆ, ਬੜਾ ਇਹਨੀ ਸਮਾਜਿਕ ਗੱਲਾਂ ਬਹੁਤ ਵਧੀਆ ਕੀਤੀਆਂ, ਇਹਨਾਂ ਨਾਲ ਦਾ ਬੰਦਾ ਘੱਟ ਆ ਪੰਜਾਬ ਦੇ ਵਿੱਚ, ਇੱਦਾਂ ਦੇ ਬਹੁਤ ਬੰਦੇ ਹੋਣੇ ਚਾਹੀਦੇ ਤਾਂ ਕਿ ਪੰਜਾਬ ਦੀ ਕੁਛ ਸ਼ਕਲ ਸੁਧਰ ਜਾਵੇ ਜੀ, ਜਿਹੜੀ ਵਿਗੜੀ ਆ। ਬਾਕੀ ਪੱਲਾ ਸਾਹਿਬ ਤੁਸੀਂ ਬਹੁਤ ਕੋਸ਼ਿਸ਼ ਕਰ ਰਹੇ, ਪਰ ਸਲੀਤ ਸਲੀਤ ਹੀ ਹੁੰਦੀ ਆ, ਜਿਹੜੀ ਨਕਲੀ ਗੱਲਾਂ ਆਪਾਂ ਕਰਦੇ ਹਾਂ ਉਹਨਾਂ ਅਸਰ ਨਹੀਂ ਪਾਉਂਦੀਆਂ, ਸਲੀਤ ਸਲੀਤ ਹੀ ਹੁੰਦੀ, ਸਲੀਤ ਤੋਂ ਅਸੀਂ ਦੂਰ ਚੱਲ ਗਏ ਹਾਂ। ਕਹਿੰਦੇ ਨਕਲੀ ਖੂਹ ਨਾਲ ਅਸਲ ਪੰਜਾਬਣ ਫੋਟੋ ਹੁਣ ਖਿਚਵਾਵੇ, ਚਰਖਾ ਵੀ ਤਾਂ ਕੰਮ ਨਹੀਂ ਕਰਦਾ, ਪੋਜ ਹੀ ਉਂਝ ਬਣਾਵੇ, ਦਿਲ ਦੇ ਰਾਜ ਛੁਪੇ ਜੋ ਅੰਦਰ ਨਾਲ ਚਾਵਾਂ ਦੇ ਖੋਲੇ, ਲੱਗਦਾ ਨੀ ਹੁਣ ਉਹੀ ਬਬੀਹਾ ਬੋਲੇ, ਗਿੱਟਿਆਂ ਤੱਕ ਕਦੇ ਪਾ ਲੈਂਦੀ ਏ ਗੁੱਤ ਦੇ ਨਾਲ ਬਰਾਂਦੀ, ਅਗਲੇ ਦਿਨ ਫਿਰ ਵੇਖੀ ਕੰਮ ਤੇ ਜੀਨ ਪਹਿਨ ਕੇ ਜਾਂਦੀ, ਆਪ ਵਿਚਾਰੀ ਹੋਈ ਪ੍ਰਦੇਸ਼ਣ ਹੋਏ ਪ੍ਰਦੇਸੀ ਢੋਲੇ, ਤੀਆਂ ਦੇ ਵਿੱਚ ਨਕਲੀ ਪੀਂਘ ਤੇ ਫਿਰੇ ਹਲਾਰੇ ਲੈਂਦੀ, ਫਿੱਕੀ ਫਿੱਕੀ ਪੈ ਜਾਂਦੀ ਏ ਚੌਂਕ ਦਿਨਾਂ ਚ ਮਹਿੰਦੀ, ਟਿੱਕਾ ਨੱਸ ਝੁੰਮ ਕੇ ਤੇ ਗਾਨੀ ਪਾ ਕੇ ਚਿੱਤ ਵੀ ਡੋਲੇ, ਹੁਣ ਪੈਣ ਧਮਾਲਾਂ ਉੱਡਦੀ ਨਾ ਸੂਹੀ ਫੁਲਕਾਰੀ, ਨਾ ਹੀ ਪੈਣ ਧਮਾਲਾਂ ਉੱਡਦੀ ਨਾ ਸੂਹੀ ਫੁਲਕਾਰੀ, ਨਾ ਕਿੱਕਲੀ ਨਾ ਪਿੜ ਗਿੱਧੇ ਨਾ ਵੱਜਦੀ ਕਲਕਾਰੀ, ਕਿੱਥੇ ਭੌਰੇ ਉੱਗਦੇ ਵੇਖੇ ਮਸਰ ਬੀਜ ਕੇ ਛੋਲੇ, ਲੱਗਦਾ ਨੀ ਹੁਣ ਪੱਲਾ ਜੀ ਉਹੀ ਬਬੀਹਾ ਬੋਲੇ, ਲੱਗਦਾ ਨੀ ਹੁਣ ਉਹੀ ਬਬੀਹਾ ਪੁਰਾਣਾ ਬੋਲੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਆਈ ਥਿੰਕ ਇਹ ਪਿਆਰ ਹੀ ਆ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਸਾਡੇ ਪੰਜਾਬੀ ਨੂੰ ਇੰਨਾ ਪਿਆਰ ਕਰਦੇ ਨੇ, ਹੈਨਾ? ਤੁਸੀਂ ਦੇਖੋ ਟੈਲੈਂਟ ਕਿੱਥੇ ਕਿੱਥੇ ਛੁਪਿਆ ਬੈਠਾ, ਹੈਨਾ? ਕਿੰਨੇ ਫਲੋ ਦੇ ਵਿੱਚ, ਕਿੰਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਹ ਸਿਰਫ ਇੱਕ ਦਿਖਾਵਾ ਰਹਿ ਗਿਆ, ਵੀ ਅਸਲ ਚੀਜ਼ਾਂ ਜ਼ਿੰਦਗੀ ਦੇ ਵਿੱਚੋਂ ਹੁਣ ਥੋੜ੍ਹੀਆਂ ਗੈਪ ਹੁੰਦੀਆਂ ਜਾ ਰਹੀਆਂ ਨੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਥੈਂਕ ਯੂ ਵੈਰੀ ਮੱਚ ਜੀ। ਅਤੇ ਗੱਲਾਂ ਬਾਤਾਂ ਤਾਂ ਆਪਾਂ ਜਾਰੀ ਰੱਖਣੀਆਂ, ਬਟ ਪਹਿਲਾਂ ਨਾ ਟ੍ਰੇਲਰ ਦੇਖ ਲੈਣੇ ਕਿਉਂਕਿ ਮੇਰਾ ਬੜਾ ਮਨ ਕਰਦਾ ਪਿਆ ਜੀ, ਇੱਕ ਵਾਰੀ ਫਿਰ। ਜੇ ਮੇਰਾ ਕੱਦ ਨਾ ਛੋਟਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਾਇਆ ਸੀ? ਤੈਨੂੰ ਕਾਊਂਟਰ ਤੇ ਬੈਠਣ ਵੇਖ ਕੇ ਮੇਰੇ ਪਿਓ ਨੂੰ ਲੱਗਾ ਮੁੰਡਾ ਬੜਾ ਮਿਹਨਤੀ ਆ, ਕਾਊਂਟਰ ਦੇ ਦੂਜੇ ਬੰਨੇ ਜਾ ਕੇ ਵੇਖਦਾ ਤਾਂ ਪਤਾ ਲੱਗਦਾ ਨਾ ਮੁੰਡਾ ਬੈਠਾ ਨਹੀਂ, ਮੁੰਡਾ ਤਾਂ ਖਲੋਤਾ ਆ। ਅਜੇ ਤੱਕ ਸਾਰੇ ਪਿੰਡ ਵਾਲੇ ਮਜ਼ਾਕ ਕਰਦੇ ਆ, ਅਖੇ ਸਰਦਾਰਾਂ ਨੇ ਕੁੜੀ ਸਰਬਾਲ ਲੈਣਾ ਤੋਰਤੀ। ਸਰ ਮੇਰਾ ਨਾ ਨਿੱਕੇ ਹੁੰਦੇ ਦਾ ਡ੍ਰੀਮ ਸੀਗਾ ਕਿ ਮੈਂ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋਵਾਂ, ਮੈਂ ਬਹੁਤ ਉਮੀਦਾਂ ਲੈ ਕੇ ਆਇਆ ਸਰ। ਉਮੀਦੋਂ ਕੇ ਸਾਥ ਸਾਥ ਕਦ ਵੀ ਲੈ ਕੇ ਆਉਣਾ ਚਾਹੀਏ ਥਾ ਰਿਜੈਕਟ। ਇਹਨੂੰ ਕਹਿੰਦੇ ਆ ਦੇਸੀ ਟੋਟਕੇ, ਸ਼ਹਿਦ ਦੇ ਕਾੜੇ ਚ ਤ੍ਰਿਫਲਾ ਮਿਲਾਓ, ਕੱਦ ਵਧਾਓ, ਬੇਲਾ ਚਾਓ, ਬੇਲਾ ਚਾਓ, ਬੇਲਾ ਚਾਓ। ਆਪਣਾ ਨਿੱਕਾ ਫੌਜ ਦੀ ਭਰਤੀ ਚ ਥੋੜਾ ਨਿੱਕਾ ਰਹਿ ਗਿਆ, ਤੁਸੀਂ ਕੁਛ ਕਹੋ ਨਾ ਜੀ ਉਹਨੂੰ, ਉਹ ਤਾਂ ਵਿਚਾਰਾ ਪਹਿਲਾਂ ਹੀ ਮਯੂਸ ਹੋਇਆ ਬੈਠਾ। ਇਹ ਕਿੱਦਾਂ ਦੀ ਮਯੂਸੀ ਆ ਬਈ, ਮਰਦਾਂ ਦੇ ਕੰਮ ਚ ਦਖਲ ਨਹੀਂ ਦੇਈਦਾ। ਇਹ ਕਿੱਥੇ ਲਿਖਿਆ ਬਲਬ ਲਾਉਣਾ ਮਰਦਾਂ ਦਾ ਕੰਮ ਆ, ਤੇਰੇ ਆਸਰੇ ਰਹਿੰਦੀ ਨਾ ਸਾਰੀ ਜ਼ਿੰਦਗੀ ਹਨੇਰੇ ਚ ਲੰਘ ਜਾਣੀ ਸੀ ਮੇਰੀ। ਜਿੰਨੀ ਵਾਰੀ ਵੀ ਤੈਨੂੰ ਫਾਰਮ ਭਰਾਇਆ ਕੋਈ ਕੰਮ ਸਿਰੇ ਨੀ ਚੜਿਆ। ਨੌਕਰੀ ਲੱਗੇ ਭਾਵੇਂ ਨਾ, ਸਾਰੀ ਉਮਰ ਫਾਰਮ ਇਹਦੇ ਹੱਥੋਂ ਭਰਵਾਉਣੇ। ਹੀਰ ਵਰਗੀਏ ਕੁੜੀਏ ਤੈਨੂੰ ਵੇਖਿਆ ਜਿਸ ਦਿਨ ਦਾ। ਜ਼ਿਆਦਾ ਹੀ ਐਡਵਾਂਸ ਚ ਨਹੀਂ ਗੱਲਾਂ ਕਰ ਰਿਹਾ ਤੂੰ? ਉਹ ਐਡਵਾਂਸ ਤਾਂ ਮੈਂ ਦੇਈ ਬੈਠਾ, ਕਾਕੇ ਹਲਵਾਈ ਨੂੰ ਕਹੀ ਬੈਠਾ। ਡੀਜੇ ਪੈਲਸ ਚਾਚੇ ਮਾਮੇ ਤਾਏ ਸਾਰੇ ਤਿਆਰ ਨੇ, ਆਉਂਦੇ ਸਾਲ ਜੱਟ ਨੇ ਲੈਣੀਆਂ ਤਿੰਨ ਲਾਵਾਂ ਚਾਰ ਨੇ। ਲੋ ਆ ਗਿਆ ਮੇਰਾ ਹੋਣ ਵਾਲਾ ਜਵਾਈ। ਦੈਟਸ ਨਾਟ ਫੇਅਰ। ਓ ਜੱਟੀ ਦੁੱਧ ਮੱਖਣਾ ਨਾਲ ਪਾਲੀ। ਆਪਣੇ ਕੈਨੇਡਾ ਦੇ ਕੰਮਕਾਰ ਬਾਰੇ ਦੱਸ, ਆਪਣੀ ਕੰਪਨੀ ਦਾ ਮਾਲਕ ਹੈ, ਕੰਮਕਾਰ ਵਾਸਤੇ ਇਹਨੇ ਮੁੰਡੇ ਰੱਖੇ ਹੋਏ ਨੇ ਇਹਨਾਂ ਵਰਗੇ। ਅਭੀ ਤੋ ਇਨਕਾ ਦੋਸਤੀ ਸੇ ਪਿਆਰ ਸ਼ੁਰੂ ਹੁਆ ਥਾ, ਫਿਰ ਯੇ ਕਿਆ ਹੁਆ? ਓਹੀ ਜਿਹੜਾ ਅਮਰਿੰਦਰ ਗਿੱਲ ਨਾਲ ਅੰਗਰੇਜ਼ ਫਿਲਮ 'ਚ ਹੋਇਆ। ਓ ਯਾਨੀ ਇਨਕੀ ਫਿਲਮ ਮੇ ਐਮੀ ਵਿਰਕ ਆ ਗਿਆ। ਲੰਬੇ ਲੱਖ ਦੁਨੀਆ ਤੇ ਹੋਣੇ। ਜੇ ਕੈਨੇਡਾ ਵਾਲਾ ਮੁੰਡਾ ਦੇਖ ਕੇ ਕੁੜੀ ਦਾ ਪਿਓ ਬਦਲ ਸਕਦਾ, ਕੁੜੀ ਵੀ ਤਾਂ ਬਦਲ ਹੀ ਸਕਦੀ ਆ। ਵੇ ਨਿੱਕਿਆ ਥੱਲੇ ਆ ਜਾ, ਮੈਨੂੰ ਕੈਨੇਡਾ ਭੇਜੋ ਬਸ। ਬੇਟੇ ਬੋਰਡਿੰਗ ਪਾਸ ਤਾਂ ਲੈ ਜਾ।
ਕੱਲ ਗੈਰੀ ਮੈਨੂੰ ਨਾਲ ਲਿਜਾਉਣ ਨੂੰ ਕਹਿੰਦਾ। ਫਿਰ ਮੈਨੂੰ ਫੋਨ ਕਰਨ ਦੀ ਕੀ ਲੋੜ ਸੀ? ਉਹ ਤਾਂ ਮੈਂ ਤੈਨੂੰ ਐਂ ਪੁੱਛਣਾ ਸੀ ਵੀ ਮੈਂ ਸੂਟ ਕਿਹੜੇ ਰੰਗ ਦਾ ਪਾ ਕੇ ਜਾਵਾਂ। ਹਨੀ ਮੈਂ ਵੱਡਿਆਂ ਨਸੀਬਾਂ ਵਾਲੀ ਤਿਮਾਹੀ ਮੇਰਾ ਨਿੱਕਾ ਜਿਹਾ ਵੈਦ ਸਾਹਿਬ ਕੱਦ ਵਧਾਉਂਦਾ ਕੋਈ ਨੁਸਖਾ ਹੀ ਦੇ ਦੋ। ਘਰ ਦਾ ਦਰਵਾਜ਼ਾ ਕਿੰਨਾ ਉੱਚਾ? 7 ਫੁੱਟ। ਛੱਤ ਕਿੰਨੀ ਉੱਚੀ ਆ? 12 ਫੁੱਟ। ਨਹੀਂ ਸੱਚ, 10 ਫੁੱਟ। ਪੜਵਾਤੀ ਸੀ ਨਾ ਛੱਤ? ਦਵਾਈ ਨਾਲ ਇੰਨਾ ਕੱਦ ਵੱਧ ਜੂ? ਕੱਦ ਤਾਂ ਤੇਰਾ ਇੰਨਾ ਵੱਧ ਜੂ ਜੇ ਪੈਰ ਦੇ ਅੰਗੂਠੇ ਦਾ ਨਹੁੰ ਕੱਟਣਾ ਹੋਊ ਤੇ ਨਾਲ ਦੂਰਬੀਨ ਚੱਕਿਆ ਕਰੇਗਾ। ਮੈਨੂੰ ਤਾਂ ਨਾ ਪੂਰੀ ਪੂਰੀ ਗਰੰਟੀ ਆ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਇਹ ਮੂਵੀ ਸੁਪਰ ਡੁਪਰ ਹਿੱਟ ਜਾਣ ਵਾਲੀ ਹੈ ਪਹਿਲੀ ਮੂਵੀ ਸੀ ਨਾਲੋਂ, ਕਿਉਂਕਿ ਟ੍ਰੇਲਰ ਇੰਨਾ ਪਿਆਰਾ, ਗਾਣੇ ਇੰਨੇ ਪਿਆਰੇ ਨੇ। ਅੱਛਾ, ਤੁਸੀਂ ਹੁਣ ਦੱਸਣਾ ਹੈ, ਮੈਸੇਜ ਦੇਣਾ ਹੈ ਲਾਈਕ ਮੂਵੀ ਕਿਸ ਦਿਨ ਰਿਲੀਜ਼ ਹੋ ਰਹੀ ਹੈ ਅਤੇ ਆਪਣੇ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਇਨਵਾਈਟ ਕਰਨਾ ਹੈ। ਜੀ, ਸੋ ਮੇਰੇ ਵੱਲੋਂ ਅਪੀਲ ਹੈ ਜੀ ਤੁਹਾਨੂੰ ਸਾਰਿਆਂ ਨੂੰ, ਅਸੀਂ ਇੱਕ ਬਹੁਤ ਸੋਹਣੀ ਫਿਲਮ ਬਣਾਈ ਆ, ਬਹੁਤ ਇੱਕ ਲਾਈਟ ਹਾਰਟਡ ਜੀ ਫਿਲਮ ਬਹੁਤ ਦੇਰ ਬਾਅਦ ਆ ਰਹੀ ਆ, ਸੋ ਜਿਹਦੇ ਵਿੱਚ ਬਹੁਤ ਅੱਛੀ ਸਟਾਰਕਾਸਟ ਆ, ਬਹੁਤ ਅੱਛੇ ਮੇਕਰਸ ਨੇ ਬਣਾਈ ਆ, ਸੋ ਹੱਥ ਜੋੜ ਕੇ ਅਪੀਲ ਆ ਜੀ ਕਿ ਸਾਰੇ ਜਾਣੇ ਸਾਡੀ ਫਿਲਮ ਮਾਹੀ ਮੇਰਾ ਨਿੱਕਾ ਜਿਹਾ ਨੂੰ 3 ਜੂਨ ਨੂੰ ਆਪਣੇ ਆਪਣੇ ਘਰਾਂ ਦੇ ਨੇੜੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਇਓ ਅਤੇ ਸਾਡੀ ਫਿਲਮ ਨੂੰ ਖੂਬ ਸਾਰਾ ਪਿਆਰ ਦਿਓ ਜੀ। ਔਰ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੀ ਕਸੌਟੀ 'ਤੇ 100% ਖਰੇ ਉਤਰਾਂਗੇ। ਕਿਆ ਬਾਤ ਹੈ ਜੀ। ਜੀ, ਉਮੀਦ ਕਰਦੀ ਹਾਂ ਜੀ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਣੀ ਹੈ ਅਤੇ ਮੂਵੀ ਦਾ ਟ੍ਰੇਲਰ ਤਾਂ ਤੁਸੀਂ ਸਾਰਿਆਂ ਨੇ ਦੇਖ ਲਿਆ ਅਤੇ ਗਾਣੇ ਵੀ ਬੜੇ ਚੰਗੇ ਨੇ ਜੀ। ਇਹ ਮੂਵੀ ਦਾ ਕਨਸੈਪਟ ਕੁਛ ਵੱਖਰਾ ਹੈ ਅਤੇ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਮੂਵੀ ਦੇਖਣ ਜ਼ਰੂਰ ਜਾਣਾ ਆਪਣੇ ਨੇੜਲੇ ਸਿਨੇਮਾ ਦਾ ਸਿਨੇਮਾਘਰਾਂ ਦੇ ਵਿੱਚ 3 ਤਰੀਕ ਨੂੰ, ਠੀਕ ਹੈ ਜੀ, ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਆ ਮਾਹੀ ਮੇਰਾ ਨਿੱਕਾ ਜਿਹਾ, ਠੀਕ ਹੈ ਜੀ, ਆਪਣੇ ਪਰਿਵਾਰ ਦੇ ਨਾਲ ਸਾਰਿਆਂ ਨੇ ਦੇਖਣ ਜਾਣਾ, ਪਰਿਵਾਰਿਕ ਮੂਵੀ ਹੈ ਅਤੇ ਤੁਹਾਨੂੰ ਸੱਚੀ ਬਹੁਤ ਚੰਗੀ ਲੱਗੂਗੀ। ਉਮੀਦ ਕਰਦੀ ਹਾਂ ਗੱਲਬਾਤ ਚੰਗੀ ਲੱਗੀ ਹੋਊਗੀ। ਥੈਂਕ ਯੂ ਸੋ ਮਚ ਸਰ ਸਟੂਡੀਓ ਦੇ ਵਿੱਚ ਆਉਣ ਲਈ, ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਥੈਂਕ ਯੂ ਸੋ ਮਚ ਜੀ। ਇਜਾਜ਼ਤ ਦਿਓ ਜੀ, ਕੋਈ ਵੀ ਜਾਣਕਾਰੀ ਦੇਣਾ ਚਾਹੁੰਦੇ ਹੋ, ਸੁਝਾਅ ਦੇਣਾ ਚਾਹੁੰਦੇ ਹੋ ਤਾਂ info@justbroadcasting.com ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।